ਸਤਨਾਮ ਵਾਹਿਗੁਰੂ ਸਾਹਿਬ ਜੀਓ ਜੈ ਸ੍ਰੀ ਮਹਲਾ ਚੌਥਾ ਜਿਨ ਹਰ ਹਿਰਦੈ ਨਾਮ ਨ ਬਸਿਓ ਤਿਨ ਮਾਤ ਕੀ ਜੈ ਹਰ ਬਾਂਝਾ ਤਿਨ ਸੁਣੀ ਦੇਹ ਫਿਰਹਿ ਬਿਨ ਨਾਵੈ ਓਏ ਖਪ ਖਪ ਮੂਹੇ ਕਰਾਂਝਾ ਜਿਨ ਹਰ ਹਿਰਦੈ ਨਾਮ ਨਾ ਬਸਿਓ ਤਿਨ ਮਾਤ ਕੀ ਜੈ ਹਰ ਬਾਂਝਾ ਤਿਨ ਸੁਈ ਦੇਹ ਫਿਰਹਿ ਬਿਨ ਨਾਵੈ ਓਏ ਖਪ ਖਪ ਮੂਹੇ ਕਰਾਂਝਾ ਮੇਰੇ ਮਨ ਜਪ ਰਾਮ ਨਾਮ ਹਰ ਮਾਂਝਾ ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ ਗੁਰ ਗਿਆਨ ਦਿਓ ਮਨ ਸਮਝਾ ਰਹਾ ਹਰ ਕੀਰਤ ਕਲਯੁਗ ਪਦ ਉਤਮ ਹਰ ਪਾਈਐ ਸਤਿਗੁਰ ਮਾਂਝਾ ਹਉ ਬਲਿਹਾਰੀ ਸਤਿਗੁਰ ਅਪੁਨੇ ਜਿਨ ਗੁਪਤ ਨਾਮ ਪਰ ਗਾਝਾ ਦਰਸ਼ਨ ਸਾਥ ਮਿਲਿਓ ਵੱਡ ਭਾਗੀ ਸਭ ਕਿਲ ਵਿਖ ਗਏ ਗਵਾਂਝਾ ਸਤਿਗੁਰ ਸ਼ਾਹ ਪਾਇਆ ਵੱਡ ਦਾਣਾ ਹਰ ਕੀਏ ਬਹੁ ਗੁਣ ਸਾਂਝਾ ਜਿਨ ਕੋ ਕਿਰਪਾ ਕਰੀ ਜਗ ਜੀਵਨ ਹਰ ਉਰ ਧਾਰਿਓ ਮਨ ਮਾਂਝਾ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ ਜਿਨ ਕੋ ਕਿਰਪਾ ਕਰੀ ਜਗ ਜੀਵਨ ਹਰ ਉਰ ਧਾਰਿਓ ਮਨ ਮਾਂਝਾ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗੋ ਅਟਲ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਪਾਤਸ਼ਾਹ ਜੀ ਦੀ ਅਜ਼ੀਮ ਅਪਾਰ ਬਖਸ਼ਿਸ਼ ਪ੍ਰਭਾਤ ਸਮੇਂ ਅਸੀਂ ਸਤਸੰਗਤ ਦੇ ਪਲ ਮਾਣ ਪਾ ਰਹੇ ਹਾਂ ਅਹੋ ਪਾਗਤਾ ਹੈ ਗੁਰਬਾਣੀ ਕੀਰਤਨ ਆਸਾ ਕੀ ਵਾਰ ਦੇ ਰੂਪ ਵਿੱਚ ਸੰਪੂਰਨ ਹੋਇਆ ਹੁਣ ਸਮਾਂ ਗੁਰ ਸ਼ਬਦ ਵਿਆਖਿਆ ਦਾ ਹੈ ਇਸ ਵਾਸਤੇ ਜੋ ਅੱਜ ਦੇ ਗੁਰਵਾਕ ਹੁਕਮਨਾਮਾ ਸਾਨੂੰ ਤਾਮੀਰ ਹੋਇਆ ਹੈ ਉਸ ਦਾ ਪਾਠ ਆਪ ਸਰੋਤ ਪਾ ਰਹੇ ਸੀ ਰਾਗ ਜੈਤਸਰੀ ਦਾ ਇਹ ਹੁਕਮ ਹੈ ਮਹਲਾ ਚੌਥਾ ਗੁਰੂ ਰਾਮਦਾਸ ਪਾਤਸ਼ਾਹ
ਨਾਨਕ ਜੋਤ ਦਾ ਚੌਥਾ ਜਾਮਾ ਇਸ ਬਚਨ ਨੂੰ ਉਚਰਿਤ ਕਰ ਰਿਹਾ ਹੈ। ਵਿਚਾਰ ਹਮੇਸ਼ਾ ਦੀ ਤਰ੍ਹਾਂ ਮੁੱਖ ਸੁਨੇਹੇ ਤੋਂ ਪ੍ਰਾਰੰਭ ਕਰ ਰਹੇ ਹਾਂ, ਜੋ ਕਿ ਰਹਾਉ ਦਾ ਬੰਧ ਹੈ। ਸਭ ਜ਼ਿਕਰ ਕਰਦੇ ਨੇ ਮੇਰੇ ਮਨ ਜਪ ਰਾਮ ਨਾਮ ਹਰ ਮਾਂਝਾ, ਹਰ ਹਰ ਕਿਰਪਾਲ ਕਿਰਪਾ ਪ੍ਰਭਧਾਰੀ, ਗੁਰ ਗਿਆਨ ਦਿਓ ਮਨ ਸਮਝਾ ਰਹਾਉ। ਮੇਰੇ ਮਨ ਜਪ ਰਾਮ ਨਾਮ ਹਰ ਮਾਂਝਾ, ਗੁਰਬਾਣੀ ਦਾ ਜੋ ਮੈਥਡ ਕਹਿ ਲਈਏ ਅਸੀਂ, ਤਰੀਕੇਕਾਰਤਾ, ਜਿਹੜੀ ਮੈਥਡੋਲੋਜੀ ਗੁਰੂ ਬਾਬਾ ਜੀ ਨੇ ਇੱਕ ਯੂਨੀਵਰਸਲ ਲੈਵਲ 'ਤੇ ਸਾਨੂੰ ਬਖਸ਼ੀ ਹੈ, ਇਸ ਦਾ ਇਹਤਰਾਮ ਮੀਨ ਕਿ ਅਸੀਂ ਇਸ ਨੂੰ ਉਸ ਲੈਵਲ 'ਤੇ ਗ੍ਰੈਬ ਕਰ ਸਕੀਏ, ਅੰਡਰਸਟੈਂਡ ਕਰ ਸਕੀਏ, ਇਹ ਸਾਡੇ ਲਈ ਤਾਂ ਡੈਫੀਨੇਟਲੀ ਲਾਜ਼ਮੀ ਹੈ, ਇਹ ਜ਼ਰੂਰੀ ਹੈ। ਪਰ ਦੁਨੀਆ ਪੱਧਰ 'ਤੇ ਜਿਸ ਤਰੀਕੇ ਦੇ ਨਾਲ ਹਿਊਮੈਨਿਟੀ ਨੂੰ ਚੈਲੰਜਸ ਆਉਂਦੇ ਨੇ, ਉਹਨਾਂ ਦੇ ਬਿਹੇਵੀਅਰ ਰਿਲੇਟਡ, ਉਹਨਾਂ ਦੀ ਪਰਸਨਲ ਡਿਵੈਲਪਮੈਂਟ ਰਿਲੇਟਡ ਜੋ ਕੁਝ ਉਸਾਰੀ ਹੋ ਰਹੀ ਹੈ, ਹੋਣ ਵਾਸਤੇ ਅੱਗੇ ਜਿਹੋ ਜਿਹੇ ਸਟੈਪਸ ਚੱਕੇ ਜਾ ਰਹੇ ਨੇ, ਜਦੋਂ ਉਹਨਾਂ ਦੇ ਅਸੀਂ ਮੈਥਡਸ ਦੇਖਦੇ ਹਾਂ, ਤਰੀਕੇਕਾਰਤਾ ਦੇਖਦੇ ਹਾਂ, ਤਾਂ ਬਿਲਕੁਲ ਇਹਦੇ ਪੈਰਲਰ ਹੀ ਆ ਰਹੇ ਨੇ ਉਸਾਰੇ। ਸਿਰਫ ਇਹ ਹੈ ਕਿ ਅਸੀਂ ਉਸ ਨੂੰ ਵਿਜਨ ਕਰ ਸਕੀਏ ਉਸ ਰੂਪ ਦੇ ਅੰਦਰ, ਜਿਵੇਂ ਸਰਲ ਰੂਪ ਵਿੱਚ ਬਾਤ ਕਹਾਂ ਮੈਂ, ਜਿਸ ਸਮੇਂ 'ਚੋਂ ਲੰਘ ਰਹੇ ਹਾਂ, ਇਸ ਸਮੇਂ ਦੇ ਅੰਦਰ ਬਹੁਤ ਜ਼ਿਆਦਾ ਡਿਸਟਰੈਕਸ਼ਨ ਹੈ ਸਾਡੇ ਆਲੇ ਦੁਆਲੇ, ਮਨੁੱਖ ਦੇ ਕੋਲ ਮਤਲਬ ਕਹਿਣ ਨੂੰ ਤਾਂ ਹਰ ਤਰ੍ਹਾਂ ਦੀ ਫੈਸਿਲਿਟੀ ਮਿਲ ਗਈ, ਇਸ ਕਰਕੇ ਸਮਾਂ ਬਹੁਤ ਬਚ ਗਿਆ, ਕਿਉਂਕਿ ਟ੍ਰੈਡੀਸ਼ਨਲ ਵੇ ਦੇ ਨਾਲ ਜਿਵੇਂ ਜੀਵਨ ਸੀਗਾ, ਜਿਹੋ ਜਿਹੀ ਫਾਰਮਿੰਗ ਹੁੰਦੀ ਸੀ, ਜਿਸ ਤਰੀਕੇ ਨਾਲ ਹਾਊਸ ਹੋਲਡ ਸੰਭਾਲਿਆ ਜਾਂਦਾ ਸੀਗਾ, ਉਹ ਸਾਰਾ ਕੁਝ ਮਸ਼ੀਨੀ ਦੌਰ ਦੇ ਅੰਦਰ ਕਨਵਰਟ ਹੋ ਗਿਆ ਅਤੇ ਸਮਾਂ ਬਚ ਗਿਆ। ਫਾਰਮਿੰਗ ਜਿਵੇਂ ਪਸ਼ੂਆਂ ਨਾਲ ਕਰਦੇ ਸੀ ਲੋਕ, ਉਹ ਬਦਲਦੀ ਕਿਸ ਲੈਵਲ 'ਤੇ ਆ ਚੁੱਕੀ ਹੈ। ਘਰਾਂ ਦੇ ਵਿੱਚ ਜੇ ਅਸੀਂ ਟ੍ਰੈਡੀਸ਼ਨਲ ਵੇ ਨਾਲ ਦੇਖੀਏ, ਅਤੇ ਮਾਈ ਨੇ ਕੋਈ ਪ੍ਰਸ਼ਾਦਾ ਬਣਾਉਣਾ ਆ, ਅਤੇ ਪ੍ਰਸ਼ਾਦਾ ਬਣਾਉਣ ਦੀ ਪ੍ਰੋਸੈਸ ਕਿੱਥੋਂ ਸ਼ੁਰੂ ਹੋਣੀ? ਚੱਕੀ ਪੀਣ ਤੋਂ। ਅੰਦਾਜ਼ਾ ਲਾਓ ਕਿੰਨਾ ਲੰਮਾ ਪ੍ਰੋਸੈਸ ਹੋਏਗਾ। ਹੁਣ ਤਾਂ ਗੱਲ ਹੀ ਕੁਛ ਨਹੀਂ ਹੈ, ਆਲਮੋਸਟ ਸਭ ਕੁਝ ਰੈਡੀਮੇਡ ਵੀ ਮਿਲ ਰਿਹਾ, ਜੇ ਨਾ ਵੀ ਹੋਏਗਾ ਤਾਂ ਘਰ ਦੇ ਵਿੱਚ ਵੀ ਮਤਲਬ ਮੈਂ ਤਾਂ ਰੀਸੈਂਟਲੀ ਆਪਣੇ ਘਰਾਂ 'ਚ ਆਲੇ ਦੁਆਲੇ ਦੇਖਿਆ ਆ ਕਿ ਬਸ ਆਟਾ ਪਾਉਣਾ ਇੱਕ ਪਾਸੇ, ਦੂਜੇ ਪਾਸੇ ਰੋਟੀ ਪੱਕ ਕੇ ਬਾਹਰ ਆ ਜਾਂਦੀ ਹੈ। ਸੋ ਇਨ ਏ ਵੇ ਟੋਟਲੀ ਮਤਲਬ ਇਸ ਤਰੀਕੇ ਨਾਲ ਸਾਰਾ ਹੋ ਗਿਆ। ਸੋ ਵੀ ਇਨ ਦੈਟ ਵੇ ਵੀ ਗੋਨ ਹੈਵ ਪਲੰਟੀ ਆਫ ਟਾਈਮ, ਅ ਲੋਟ ਆਫ ਫਰੀ ਟਾਈਮ, ਐਂਡ ਵੀ ਕੈਨ ਐਕਚੁਲੀ ਡਿਵੋਟ ਦੈਟ ਟਾਈਮ ਟੂਵਰਡ ਅਦਰ ਸਟੱਫ ਵਿੱਚ ਕੈਨ ਬਰਿੰਗ ਹੈਪੀਨੈਸ ਟੂ ਅਸ, ਵਿੱਚ ਕੈਨ ਐਕਚੁਲੀ ਪ੍ਰੋਵਾਈਡ ਸਮ ਸੋਰਟ ਆਫ ਯੂ ਕੈਨ ਸੇ ਐਨੀ, ਜਿਹੜਾ ਜਿਹਦੇ 'ਚ ਸਾਡੇ ਕੋਲ ਆਪਣੇ ਆਪੇ ਨੂੰ ਸਮਝਣ ਸੁਧਾਰਨ ਦੀ ਜ਼ਿਆਦਾ ਸਕਸ਼ਮਤਾ ਵੱਧ ਸਕੇ ਉਸ ਰੂਪ ਦੇ ਵਿੱਚ। ਪਰ ਹੋਇਆ ਇਹ ਤੋਂ ਬਿਲਕੁਲ ਉਲਟ ਹੋਇਆ, ਇਹ ਕਿ ਬੰਦੇ ਦੀ ਜ਼ਿੰਦਗੀ ਦੇ ਵਿੱਚ ਜਿਹੜਾ ਥੋੜ੍ਹਾ ਬਹੁਤਾ ਸਮਾਂ ਵੀ ਸੀਗਾ ਉਹ ਵੀ ਚਲਾ ਗਿਆ। ਹੁਣ ਫੈਮਿਲੀ ਲਾਈਫ ਵਿੱਚ ਅਸੀਂ ਦੇਖਦੇ ਹਾਂ ਬੱਚਿਆਂ ਦੇ ਬਾਬਤ ਮਾਪਿਆਂ ਦੀਆਂ ਬਹੁਤ ਸ਼ਿਕਾਇਤਾਂ ਹੁੰਦੀਆਂ, ਪਰ ਉਹਨਾਂ ਕੋਲ ਟਾਈਮ ਨਹੀਂ ਉਹਨਾਂ ਵਾਸਤੇ ਹੁੰਦਾ। ਬੱਚਿਆਂ ਦੇ ਰਿਲੇਟਡ ਟੀਚਰਸ ਕੋਲ ਬਹੁਤ ਜ਼ਿਆਦਾ ਕੰਪਲੇਂਟਸ ਹੁੰਦੀਆਂ, ਪਰ ਇਨ ਰਿਐਲਿਟੀ ਜਿਹੜੀ ਟੀਚਰ ਦੀ ਬੱਚੇ ਨਾਲ ਰਿਲੇਸ਼ਨਸ਼ਿਪ ਬਿਲਟ ਹੋਣੀ ਹੈ ਉਹ ਨਹੀਂ ਹੋ ਪਾਉਂਦੀ, ਕਿਉਂਕਿ ਦੇ ਡੋਂਟ ਇਨਵੈਸਟ ਦੈਮਸੈਲਵਸ ਔਨ ਦੈਟ ਲੈਵਲ। ਇਸ ਸਾਰੇ ਦੇ ਵਿੱਚੋਂ ਜਿਹੜਾ ਦੌਰ ਆਇਆ ਉਹਦੇ ਵਿੱਚ ਇਹ ਹੋ ਗਿਆ ਕਿ ਜੇ ਕੋਈ ਬਾਤ ਉਸ ਰੂਪੇ ਬੱਚੇ ਤੱਕ ਨਹੀਂ ਪਹੁੰਚਦੀ,
ਚਲੋ ਆਪਾਂ ਇੱਕ ਕੰਮ ਕਰਦੇ ਹਾਂ, ਬੱਚੇ ਨੂੰ ਕੋਈ ਇਸ਼ੂ ਕਹਿ ਦਿੰਦੇ ਕਿ ਇਹਨੂੰ ਕੋਈ ਪ੍ਰੋਬਲਮ ਆ। ਹਾਲਾਂਕਿ ਜੇ ਆਪਾਂ ਸਰਲ ਭਾਵ ਵਿੱਚ ਬਾਤ ਕਰਾਂ, ਜਿੱਥੇ ਮੈਂ ਫੋਕਸ ਕਰਨਾ ਚਾਹ ਰਿਹਾ ਉੱਥੇ ਆ ਰਿਹਾ ਵਾਂ, ਮੇਰੇ ਮਨ ਜਪ ਰਾਮ ਨਾਮ ਹਰ ਮਾਝਾ, ਮੇਰੇ ਮਨ। ਗੁਰੂ ਰਾਮਦਾਸ ਸਾਹਿਬ ਜਿਹੜੀ ਸਾਡੀ ਕੌਂਸ਼ੀਅਸ ਹੈ, ਚੇਤਨਾ ਹੈ, ਇਹਨੂੰ ਆਵਾਜ਼ ਮਾਰ ਰਹੇ ਨੇ ਵੀ ਓ ਮਾਈ ਕੌਂਸ਼ੀਅਸ, ਉਹ ਮੇਰੀ ਚੇਤਨਾ, ਜਪ ਰਾਮ ਨਾਮ ਹਰ ਮਾਝਾ, ਤੂੰ ਨਾ ਵਾਹਿਗੁਰੂ ਦੇ ਨਾਮ ਨੂੰ, ਉਸਨੂੰ ਅਲਾਪ, ਉਹਨੂੰ ਰਿਸਾਈਟ ਕਰ, ਉਸਨੂੰ ਤੂੰ ਆਪਣੀ ਜਿਹੜੀ ਅਹਿਸਾਸੀਅਤ ਦੇ ਵਿੱਚ, ਫੀਲਿੰਗਸ ਦੇ ਵਿੱਚ ਪਾ। ਇਹ ਮਾਇਨੇ ਆ ਰਹੇ ਦੇ ਜੋ ਮੈਂ ਅੰਡਰਸਟੈਂਡ ਕਰ ਰਿਹਾ। ਪਰ ਟੂਕ ਮਾਤਰ ਜਿਹੜੀ ਬੇਨਤੀ ਕਰਨ ਲੱਗਾ ਸੀਗਾ, ਜਿਵੇਂ ਇਗਜ਼ਾਮਪਲ ਕਰ ਰਿਹਾ ਸੀਗਾ ਕਿ ਬੱਚਿਆਂ ਦਾ, ਪੇਰੈਂਟਸ ਦਾ, ਟੀਚਰਸ ਦਾ, ਅਸੀਂ ਇੱਕ ਸਕੂਲ ਦਾ ਮਾਡਲ ਦੇਖਦੇ ਹਾਂ ਜਿਹੜਾ ਮੌਂਟਸੇਰੀ ਮਾਡਲ ਹੈਗਾ ਆ। ਜੇ ਆਪ ਇਹਦੇ ਬਾਬਤ ਥੋੜ੍ਹੀ ਬਹੁਤੀ ਵਾਕਫੀਅਤ ਰੱਖਦੇ ਹੋ, ਤਾਂ ਇੱਕ ਇਟਾਲੀਅਨ ਡਾਕਟਰ ਸੀਗੀ, ਉਹ ਬੜੀ ਰੈਵੋਲੂਸ਼ਨਰੀ ਸੀਗੀ, ਉਹ ਬੜਾ ਲੜ ਕੇ ਡਾਕਟਰ ਬਣੀ, ਕਿਉਂਕਿ ਮੇਲ ਓਰੀਐਂਟਡ ਪ੍ਰੋਫੈਸ਼ਨ ਸੀਗਾ ਸਾਰਾ। ਅਤੇ ਉਹ ਕਹਿੰਦੀ ਵੀ ਨਹੀਂ, ਮੈਂ ਤਾਂ ਬਣਨਾ, ਬਣ ਗਈ ਉਹ। ਅਤੇ ਇੱਕ ਦਿਨ ਕੀ ਹੋਇਆ ਕਿ ਉਹ, ਕਿਉਂਕਿ ਥੋੜ੍ਹੀ ਸੋਚ ਰੈਵੋਲੂਸ਼ਨਰੀ ਸੀਗੀ, ਅਤੇ ਇੱਕ ਸਕੂਲ ਦੇ ਬਾਹਰ ਤੋਂ ਨਿਕਲ ਰਹੀ, ਅਤੇ ਸਕੂਲ ਦੇ ਬਾਹਰ ਉਹਨੇ ਕੁਝ ਨਿਆਣੇ ਦੇਖੇ ਜਿਹੜੇ ਇਲਤਾਂ ਸ਼ਰਾਰਤਾਂ ਕਰ ਰਹੇ ਨੇ, ਖੇਡ ਰਹੇ ਨੇ, ਉਹਨਾਂ ਨਾਲ ਗੱਲਾਂ ਕਰਨ ਲੱਗ ਗਈ ਉਹ। ਗੱਲਾਂ ਕੀਤਾ, ਉਹਨੂੰ ਲੱਗਾ ਬੱਚੇ ਇੱਥੇ ਬੜੇ ਕਮਾਲ ਦੇ ਨੇ, ਬੜੇ ਜਿਹੜੇ ਐਨਰਜੈਟਿਕ ਨੇ, ਬੜੇ ਬ੍ਰੇਨੀ ਨੇ। ਅਤੇ ਉਹ ਕਹਿੰਦੀ ਵੀ ਤੁਸੀਂ ਬਾਹਰ ਤੁਰੇ ਫਿਰਦੇ ਹੋ। ਕਹਿੰਦੇ ਵੀ ਸਾਨੂੰ ਕਲਾਸ ਰੂਮ 'ਚ ਉਹਨਾਂ ਨੇ ਪਨਿਸ਼ਮੈਂਟ ਦਿੱਤੀ, ਬਾਹਰ ਕੱਢ ਦਿੱਤਾ। ਉਹ ਅੰਦਰ ਜਾ ਕੇ ਟੀਚਰ ਨਾਲ ਗੱਲ ਕਰਦੀ, ਕਹਿੰਦੇ ਕਮਾਲ ਹੈ, ਆਹ ਬੱਚੇ ਕਿਉਂ ਬਾਹਰ ਕੱਢਤੇ, ਇੰਨੇ ਬ੍ਰੇਨੀ ਬੱਚੇ ਨੇ, ਇੰਨੇ ਐਨਰਜੈਟਿਕ ਬੱਚੇ ਨੇ, ਅਤੇ ਤੂੰ ਇਹਨਾਂ ਨੂੰ ਉਹ ਕਹਿੰਦੇ। ਉਹ ਟੀਚਰ ਦਾ ਜਵਾਬ ਸੀ, ਕਹਿੰਦੇ ਨੇ ਇਹ ਕਲਾਸ 'ਚ ਫਿੱਟ ਨਹੀਂ ਆਉਂਦੇ, ਇਹ ਤਾਂ ਸਾਰੇ ਇਲਤੀ ਸ਼ਰਾਰਤੀ ਬੱਚੇ ਨੇ, ਇਹ ਨਹੀਂ ਪੜ੍ਹ ਸਕਦੇ, ਦੇ ਡਨ। ਉਹਨੂੰ ਲੱਗਾ ਗਲਤ ਹੈ, ਐਵੇਂ ਥੋੜ੍ਹਾ ਹੋਣਾ ਚਾਹੀਦਾ ਹੈ, ਇਹ ਤਾਂ ਮਤਲਬ ਬੱਚੇ ਆ, ਬੱਚਿਆਂ ਵਰਗੇ ਬੱਚੇ ਨੇ, ਇਹਨਾਂ ਨੂੰ ਪੜ੍ਹਾਉਣਾ ਚਾਹੀਦਾ, ਸਮਝਾਉਣਾ ਚਾਹੀਦਾ। ਉਹ ਕਹਿੰਦੇ ਨੇ ਦੇ ਹੈਵ ਦੇਅਰ ਓਨ ਵੇ ਐਂਡ ਆਈ ਕੈਨ ਨੋਟ ਐਕਚੁਲੀ ਟੀਚ ਦੈਮ। ਉਹਨੇ ਕਿਹਾ ਠੀਕ ਆ, ਫਿਰ ਬੱਚਿਆਂ ਨੂੰ ਇੱਕ ਤਰੀਕੇ ਨਾਲ ਹੀ ਪੜ੍ਹਾਉਣ ਦਾ ਮਾਡਲ ਨਹੀਂ ਹੋਣਾ ਚਾਹੀਦਾ, ਹੋਰ ਮਾਡਲ ਵੀ ਹੋਣੇ ਚਾਹੀਦੇ। ਬੱਚਿਆਂ ਨੂੰ ਫਰੀਡਮ ਦਿੱਤੀ ਜਾਏ, ਉਹਦੇ ਅਕੋਰਡਿੰਗਲੀ ਉਹਨੂੰ ਪੜ੍ਹਨ ਦਿੱਤਾ ਜਾਏ, ਮੌਂਟੇਸਰੀ ਮਾਡਲ ਹੀ ਹੈ। ਉਹ ਕਹਿੰਦੇ ਟੀਚਰ ਦੀ ਇੰਟਰਵੈਂਸ਼ਨ ਘੱਟ ਹੋਏਗੀ, ਉਹ ਸਿਰਫ ਐਸਕੌਰਟ ਕਰੇਗਾ, ਬਾਕੀ ਬੱਚਾ ਆਪ ਆਪਣੀ ਜਿਹੜੀ ਹੈ ਆਪਣੀ ਐਜੂਕੇਸ਼ਨਲ ਜਿਹੜੀ ਉਹਦੀ ਜਰਨੀ ਨੂੰ ਡਰਾਈਵ ਕਰੇਗਾ। ਇੱਥੋਂ ਇਹ ਮਾਡਲ ਨਿਕਲਿਆ, ਬੜਾ ਕਾਮਯਾਬ ਹੋਇਆ, ਦੁਨੀਆ ਪੱਧਰ 'ਤੇ ਇਸ ਮਾਡਲ ਦੀ ਬੜੀ ਚਰਚਾ ਹੋਈ, ਬੜੇ ਉਸ ਰੂਪ ਦੇ ਵਿੱਚ। ਬਟ ਟੂਕ ਮਾਤਰ ਬੇਨਤੀ ਕਰ ਰਿਹਾ, ਜਿਵੇਂ ਜਿਵੇਂ ਸਮਾਜ ਦੇ ਵਿੱਚ ਇਸ ਕਿਸਮ ਦੇ ਨਾਲ ਇਸ਼ੂਜ ਜਨਰੇਟ ਹੋਏ, ਉਹਨਾਂ ਕਿਹਾ ਵੀ ਆਪਾਂ ਇਹਨਾਂ ਦੇ ਉੱਤੇ ਕੀ ਹੈ ਕਿ ਆਪਣੇ ਤਰੀਕੇ ਨਾਲ ਕੰਮ ਕਰਨਾ, ਅਸੀਂ ਨਵੇਂ ਤਰੀਕੇ ਨੂੰ ਅਡੋਪਟ ਨਹੀਂ ਕਰਨਾ ਇਹ ਸਾਰੇ ਰੂਪ ਦੇ ਵਿੱਚ। ਉਹਦੇ ਨਾਲ ਨਾਲ ਪੈਰਲਰ ਮੈਡੀਕਲ ਮਾਡਲ ਡਿਵੈਲਪ ਹੁੰਦੇ ਗਏ। ਅੱਜ ਬੀਤੀ ਸ਼ਾਮ ਵੀ ਗੱਲ ਕਰ ਰਹੇ ਸੀ ਅਸੀਂ ADD ADHD ਵਗੈਰਾ, ਇਹ ਆਮ ਬੱਚਿਆਂ ਦੇ ਉੱਤੇ ਹਰ ਦੂਜੇ ਤੀਜੇ ਬੱਚੇ 'ਤੇ ਮੋਹਰ ਠੋਕਤੀ ਜਾਂਦੀ, ਆਹ ਹੋ ਗਿਆ, ਆਹ ਹੋ ਗਿਆ। ਹੁਣ ਉਹਦੇ ਅੰਦਰ ਜੇ ਆਪਾਂ ਦੇਖੀਏ, ਹਾਲਾਂਕਿ ਬੜੇ ਅਸੀਂ ਡਿਵੈਲਪ ਨੇਸ਼ਨਸ ਦੇ ਵਿੱਚ ਬੈਠੇ ਹਾਂ, ਅਤੇ ਉਹਦੇ ਵਿੱਚ ਵੀ ਬੜੇ ਅਗਾਂਹ ਵਧੂ, ਜਿਹਨੂੰ ਕਹਿ ਲਈ ਕਿ ਬੜੇ ਮਤਲਬ ਸਟੇਟ ਫਾਰਵਰਡ ਐਂਡ ਥਿੰਕਿੰਗ ਫਾਰਵਰਡ ਸੁਸਾਇਟੀ ਬਿਲਡ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਸਾਡੇ ਇੱਥੇ ਜਿਹੜਾ ਸੂਬਾ ਕਿਊਬੇਕਵਾ, ਇੱਥੇ ਸਾਰਿਆਂ ਤੋਂ ਵੱਧ ਗੱਲ ਹੋ ਰਹੀ ਹੈ ਕਿ ਅਸੀਂ ਬਹੁਤ ਜ਼ਿਆਦਾ ਅਸੀਂ ਰਿਲੀਜੀਅਸ ਸਿੰਬਲ ਵੀ ਬੈਨ ਕਰ ਦੇਣੇ ਨੇ। ਅਸੀਂ ਆਪ ਸਭ ਚੀਜ਼ਾਂ ਸੁਣਦੇ ਸਮਝਦੇ ਹੋ ਸਾਰੇ ਰੂਪ ਦੇ 'ਚ, ਰਿਲੀਜਨ ਇਜ਼ ਆਊਟਡੇਟਡ, ਇਸ ਕਿਸਮ ਦੀ ਗੱਲ ਵੀ ਹੋ ਰਹੀ ਹੈ। ਪਰ ਗਜਬ ਇਹ ਹੈ ਜੇ ਐਜ਼ ਏ ਮੈਂਟਲ ਹੈਲਥ ਸਾਈਡ ਤੋਂ ਗੱਲ ਕਰਾਂ ਮੈਂ, ਅਤੇ ਦੁਨੀਆ ਦੇ ਵਿੱਚ ਸਭ ਤੋਂ ਵੱਧ ਪਰ ਕੈਪੀਟਾ ਜਿੱਥੇ ADD, ADHD ਜਾਂ OCD ਵਗੈਰਾ ਆਟਿਸਟਿਕ ਸਾਈਡ ਤੋਂ
ਜਿਹੜੀ ਮੈਡੀਸਨ ਸਭ ਤੋਂ ਵੱਧ ਖਾਧੀ ਜਾਂਦੀ ਹੈ ਬੱਚਿਆਂ ਨੂੰ ਦਿੱਤੀ ਜਾਂਦੀ ਹੈ ਉਹ ਇਸੇ ਸੂਬੇ 'ਚ ਪਰ ਕੈਪੀਟਾ। ਮਤਲਬ ਇਹ ਕਿ ਜਦੋਂ ਤੁਸੀਂ ਹਰ ਚੀਜ਼ ਨੂੰ ਇੱਕ ਕਹੋ ਨਾ ਕਿ ਬਸ ਅਸੀਂ ਦਵਾਈਆਂ ਨਾਲ ਅਤੇ ਇਹਦੇ ਨਾਲ ਫਿਕਸ ਕਰਨਾ ਹੈਗਾ ਤੋ ਫਿਕਸ ਵਗੈਰਾ ਤਾਂ ਪਤਾ ਨਹੀਂ ਹੋਏਗਾ ਕਿ ਨਹੀਂ ਹੋਏਗਾ। ਹਾਲਾਂਕਿ ਐਡਿਕਸ਼ਨ 'ਚ ਵੀ ਕੰਮ ਕਰਦਿਆਂ ਸਾਲਾਂ ਦੇ ਸਾਲ ਹੋ ਗਏ ਮੈਨੂੰ, ਅਤੇ ਹੁਣ ਇਹ ਪਤਾ ਲੱਗ ਰਿਹਾ ਕਿ ਉਹਦੇ ਅੰਦਰ ਜਿਨ੍ਹਾਂ ਨੂੰ ਅਰਲੀ ਏਜ ਦੇ ਵਿੱਚ ਕੁਝ ਇਸ ਕਿਸਮ ਦੀ ਟੈਂਸ਼ਨ ਸਾਈਡ ਤੋਂ ਉਹਨਾਂ ਦੀ ਹੈਲਪ ਕਰਨ ਵਾਸਤੇ ਮੈਡੀਸਨ ਦਿੱਤੀ ਗਈ ਹੈ, ਉਹਨਾਂ ਦੇ ਵਿੱਚ ਲੌਂਗ ਰਨ ਦੇ ਅੰਦਰ ਬਹੁਤ ਸਾਰੇ ਸਬਸਟੈਂਸ ਨੂੰ ਐਬਿਊਜ਼ ਕਰਨ ਦੀ ਜਿਹੜੀ ਪੋਸੀਬਿਲਿਟੀ ਵੱਧ ਗਈ ਹੈ, ਅਤੇ ਉਹਨਾਂ ਦਾ ਐਡਿਕਸ਼ਨ 'ਚ ਜਾਣਾ ਆਲਮੋਸਟ ਤੈਅ ਹੋ ਗਿਆ। ਖੈਰ ਹੁਣ ਕੁਝ ਮਾਡਲਿੰਗ ਬਦਲਣ ਦੀ ਗੱਲਾਂ ਵੀ ਹੋ ਰਹੀਆਂ ਨੇ। ਹੁਣ ਉਹਦੇ 'ਚ ਜਿਹੜੀ ਗੱਲ ਆ ਰਹੀ ਹੈ ਬਿਹੇਵੀਅਰਿਸਟ ਇਹ ਕਹਿ ਰਹੇ ਨੇ ਕਿ ਜ਼ਰੂਰੀ ਨਹੀਂ ਗਾ ਕਿ ਬੱਚੇ ਨੂੰ ਤੁਸੀਂ ADHD ਵਗੈਰਾ ਕੁਛ ਕਹਿ ਦਿੱਤਾ ਅਤੇ ਵਾਕਿਆ 'ਚ ਹੋਏ। ਹਾਂ ਥੋੜ੍ਹਾ ਬਹੁਤਾ ਜੇ ਪ੍ਰੋਪਰ ਵੇ ਨਾਲ ਦੇਖੋਗੇ ਨਾ ਤਾਂ ਮੈਨੂੰ ਤੁਸੀਂ ਡਾਇਗਨੋਸ ਲਾਓ ਅਤੇ ਮੇਰੇ 'ਚ ਵੀ ਕੁਝ ADHD ਦੇ ਲੱਛਣ ਮਿਲ ਜਾਣਗੇ, ਤੁਹਾਨੂੰ ਤੁਹਾਡੇ 'ਚ ਮਿਲ ਜਾਣਗੇ ਬੜੇ ਆਸਾਨੀ ਦੇ ਨਾਲ। ਜਿਹੜੀ ਦਵਾਈ ਹੈ ਜੇ ਮੈਂ ਖਾਵਾਂਗਾ ਤਾਂ ਮੇਰਾ ਵੀ ਫੋਕਸ ਵੱਧ ਜਾਏਗਾ, ਇੱਕਦਮ ਤੁਹਾਡਾ ਵੀ ਵੱਧ ਜਾਏਗਾ। ਪਰ ਇਹ ਕੋਈ ਸੋਲਿਊਸ਼ਨ ਨਹੀਂ ਗਾ। ਹਿਊਮਨ ਮਾਇੰਡ ਦੇ ਅੰਦਰ ਜਿਹੜਾ ਮਿਜ਼ਰੇਬਲ ਹੋਣਾ ਹੈ ਮਦਰ ਨੇਚਰ ਦੇ ਲਾਅ ਦੇ ਅੰਦਰ ਹੈ। ਅਸੀਂ ਇੱਕੋ ਸਮੇਂ ਦੇ ਵਿੱਚ ਬਿਲਕੁਲ ਨਾ ਸਾਧੂ ਹੁੰਦੇ ਹਾਂ ਨਾ ਬਿਲਕੁਲ ਜਿਹੜਾ ਹੈਗਾ ਗੁਸਤਾਖ ਹੁੰਦੇ ਹਾਂ, ਅਸੀਂ ਦੋਨਾਂ ਦਾ ਮਿਕਸਚਰ ਹੁੰਦੇ ਹਾਂ। ਸੋ ਸਾਨੂੰ ਇਨਵਾਇਰਮੈਂਟ ਹੌਲੀ ਹੌਲੀ ਸ਼ੇਪ ਦਿੰਦਾ, ਚੇਂਜ ਕਰਦਾ ਚੀਜ਼ਾਂ। ਹੁਣ ਜਿਹੜੀ ਗੱਲ ਆ ਰਹੀ ਹੈ ਉਹ ਕਹਿੰਦੇ ਥੋੜ੍ਹੀ ਜਿਹੀ ਸਾਨੂੰ ਟ੍ਰੇਨਿੰਗ ਦੀ ਲੋੜ ਹੈ ਹਾਊਸ ਹੋਲਡ ਵਾਸਤੇ ਵੀ। ਸਾਡੇ ਕੋਲ ਹੈਗੇ ਥੈਰੇਪਿਸਟ ਜਿਹੜੇ ਔਟਿਸਟਿਕ ਬੱਚੇ ਨੇ ਉਹਨਾਂ ਦੇ ਮਾਪਿਆਂ ਨੂੰ ਜਾ ਕੇ ਟ੍ਰੇਨ ਕਰਦੇ ਨੇ ਹਾਊ ਯੂ ਗੋਨਾ ਡੀਲ ਵਿਦ ਦੀਸ ਕਿਡਸ। ਇਹ ਵੀ ਆਪਣੀ ਜ਼ਿੰਦਗੀ ਬੜੀ ਸੋਹਣੀ ਜੀ ਸਕਣਗੇ, ਐਸਾ ਨਹੀਂ ਗਾ ਕਿ ਇਹ ਬਹੁਤ ਵਧੀਆ ਤਰੀਕੇ ਨੇ। ਹਾਂ ਉਹਦੇ ਲਈ ਤੁਹਾਨੂੰ ਥੋੜ੍ਹੀਆਂ ਆਪਣੀਆਂ ਆਪਣੇ ਆਪ ਦੇ 'ਚ ਤੁਸੀਂ ਚੀਜ਼ਾਂ ਫੋਲੋ ਕਰਨੀਆਂ ਪੈਣਗੀਆਂ। ਇਨ ਬਿਨ ਟੀਚਰਸ ਨੂੰ ਪ੍ਰੋਫੈਸ਼ਨਲਸ ਨੂੰ ਟੀਚ ਕਰਦੇ ਹੋ, ਜਿਹੜੀ ਮੈਂ ਟੂਕ ਮਾਤਰ ਬੇਨਤੀ ਕਰ ਰਿਹਾ ਸੀਗਾ। ਹੁਣ ਬੱਚਾ ਆ ਉਹ ਅਟੈਂਸ਼ਨ ਪੇ ਨਹੀਂ ਕਰਦਾ, ਟੀਚਰ ਕਹਿੰਦਾ ਯੂ ਨੋ ਇਹ ਤਾਂ ਨੋਟੀ ਖੇਡਿਆ, ਇਹ ਮੇਰੀ ਕਲਾਸ 'ਚ ਹੋਣਾ ਹੀ ਚਾਹੀਦਾ, ਬੜਾ ਨਿਊਟਰੀਅਸ ਹੈਗਾ ਅਤੇ ਇਸ ਰੂਪ ਦੇ ਵਿੱਚ। ਉਹਦੇ ਬਾਬਤ ਪ੍ਰੋਫੈਸ਼ਨਲਸ ਇਹ ਕਹਿੰਦੇ ਨੇ ਵੀ ਸਪੋਜ਼ ਕਲਾਸ ਦੇ ਵਿੱਚ 20 ਬੱਚੇ ਨੇ, ਟੀਚਰ ਨੇ ਇੰਸਟਰਕਸ਼ਨ ਕੀਤੀ ਵੀ ਓਕੇ ਆਈ ਐਮ ਗੋਨਾ ਰਾਈਟ ਸਮਥਿੰਗ ਔਨ ਬੋਰਡ ਐਂਡ ਆਲ ਕਲਾਸ ਵਿਲ ਕਾਪੀ ਮਾਈ ਐਕਚੁਲੀ ਵਟ ਐਮ ਗੋਨਾ ਰਾਈਟ ਓਵਰ ਦਾ ਬੋਰਡ। ਠੀਕ ਹੈ ਜੀ, ਇੰਸਟਰਕਸ਼ਨ ਹੋ ਗਈ ਸਾਰੀ ਕਲਾਸ ਵਾਸਤੇ। ਹੁਣ ਜਿਹੜੇ ਬੱਚੇ ਤੁਹਾਨੂੰ ਇਹ ਹੈ ਕਿ ਇਹ ਬੱਚੇ ਨੇ ਧਿਆਨ ਨਹੀਂ ਦੇਣਾ, ਇਹਨੇ ਸ਼ਰਾਰਤ ਕਰਨੀ ਹੈ ਜਾਂ ਇਹ ਨਹੀਂ ਮੇਰੀ ਮਤਲਬ ਫੋਲੋ ਕਰੇਗਾ, ਉਹਦੇ ਬਾਬਤ ਉਹ ਕਹਿੰਦੇ ਉਹਨੂੰ ਸਪੈਸ਼ਲ ਤੌਰ 'ਤੇ ਆਵਾਜ਼ ਦਿੱਤੀ ਜਾਏ। ਸਪੋਜ਼ ਉਹਦਾ ਨਾਂ ਜੌਨ ਆ, ਸਮਿਥ ਆ, ਜਾਂ ਕੋਈ ਰਾਮ ਸਿੰਘ ਆ, ਕੋਈ ਨਾਮ ਆ, ਟੀਚਰ ਉਹਦਾ ਨਾਮ ਲਵੇ, ਰਾਮ ਸਿੰਘ ਡਿਡ ਯੂ ਗੈਟ ਵਟ ਆਈ ਵਾਜ਼ ਸੇਇੰਗ। ਉਹਨੂੰ ਦੁਬਾਰਾ ਪੁੱਛਿਆ ਜਾਏ, ਜਦੋਂ ਕਹੇ ਯਾ ਆਈ ਗੈਟ ਇਟ, ਓਕੇ ਕੈਨ ਯੂ ਟੈਲ ਮੀ ਸੋ ਯੂ ਹੋਲ ਕਲਾਸ ਕੈਨ ਲਿਸਨ। ਇਹਦਾ ਮਤਲਬ ਇਹ ਹੈ ਤੁਸੀਂ ਉਸਨੂੰ ਸਪੈਸ਼ਲ ਆਵਾਜ਼ ਦੇ ਕੇ ਉਹਦਾ ਨਾਮ ਲੈ ਕੇ ਉਹਦੀ ਸਾਰੀ ਅਟੈਂਸ਼ਨ ਬਾਏ ਕਰ ਲਈ। ਮੰਨਿਆ ਗਿਆ 90% ਕੇਸਿਸ ਦੇ ਵਿੱਚ ਉਸ ਬੱਚੇ ਦੀ ਅਟੈਂਸ਼ਨ ਦੂਜਿਆਂ ਨਾਲੋਂ ਕਿਤੇ ਵਧਣੀ ਸ਼ੁਰੂ ਹੋ ਜਾਂਦੀ ਹੈ। ਬਸ ਇਨ ਬਿਨਿਆ ਇਨ ਜਨਰਲ ਗੱਲਾਂ ਕਰੀਏ ਨਾ ਤਾਂ ਉਹ ਸਾਰਿਆਂ ਵਾਸਤੇ ਹੁੰਦੀਆਂ ਨੇ। ਜਦੋਂ ਕਿਸੇ ਨੂੰ ਸਪੈਸੀਫਿਕ ਆਵਾਜ਼ ਦੇ ਕੇ ਗੱਲ ਕਰਦੇ ਹੋ ਉਹਦੇ ਨਾਲ ਜਿਹੜਾ ਉਹਦਾ ਨਾਤਾ ਧਿਆਨ ਦਾ ਉਹ ਗਹਿਰਾ ਹੋ ਜਾਂਦਾ ਹੈ। ਹੁਣ ਇੱਥੇ ਗੱਲ ਆ ਰਹੀ ਹੈ ਮਨ ਦੀ, ਮਨ ਤੋਂ ਪ੍ਰਾਥਮਿਕ ਹੈ ਚੇਤਨਾ। ਜੇ ਕਿਉਂਕਿ ਐਟ ਦਾ ਐਂਡ ਸਾਡੇ ਚੇਤੇ ਨੇ, ਚੇਤਨਾ ਨੇ ਹੀ ਸਭ ਚੀਜ਼ਾਂ ਨੇ ਅਹਿਸਾਸ ਲੈ ਕੇ ਜਾਣਾ ਅੰਦਰ। ਗੁਰੂ ਬਾਬਾ ਜੀ ਆਪਣੇ ਆਪ ਨਾਲ ਬਾਤ ਕਰਦੇ ਅਤੇ ਇਨ ਜਨਰਲ ਨਹੀਂ ਕਰਦੇ। ਬਾਬਾ ਜੀ ਬਿਆਨ ਕਰਦੇ ਮੇਰੇ ਮਨ
ਉਹ ਮੇਰੀ ਚੇਤਨਾ, ਉਹ ਮਾਈ ਕੌਨਸ਼ੀਅਸ, ਆਪਣੇ ਆਪੇ ਨੂੰ ਆਵਾਜ਼ ਦਿੱਤਾ। ਫਿਰ ਕਿਹਾ ਜਪ। ਜਪ ਸ਼ਬਦ ਆਪਾਂ ਗਾਹੇ ਬਗਾਹੇ ਬਾਤ ਕਰਦੇ ਹਾਂ ਇਹਦੇ ਉੱਤੇ, ਕਿਉਂਕਿ ਸਾਡਾ ਸ਼ਬਦ ਗੁਰੂ ਹੈ ਅਤੇ ਸ਼ਬਦ ਗੁਰੂ ਲਿਖਾਵਟ ਵਿੱਚ ਆ, ਮੀਨ ਸਕ੍ਰਿਪਚਰ ਹੈ ਨਾ, ਅੱਖਰ ਲਿਖੇ ਗਏ ਨੇ। ਅੱਖਰਾਂ ਨੂੰ ਲਿਖਣ ਦਾ ਗ੍ਰੈਮੈਟੀਕਲ ਸਟਰਕਚਰ ਹੁੰਦਾ ਪੂਰਾ ਦਾ ਪੂਰਾ। ਉਹਦੇ ਵਿੱਚ ਜਿਹੜੇ ਅੱਖਰ ਨੇ ਇਹ ਵੱਖਰੀਆਂ ਵੱਖਰੀਆਂ ਸ਼੍ਰੇਣੀਆਂ ਵਿੱਚੋਂ ਆਉਂਦੇ ਨੇ, ਜਿਵੇਂ ਪਾਰਟ ਆਫ ਸਪੀਚ ਅਸੀਂ ਕਹਿੰਦੇ ਹਾਂ, ਕੋਈ ਨਾਊਨ ਆ, ਕੋਈ ਐਡਵਰਬ ਆ, ਕੋਈ ਐਡਜੈਕਟਿਵ ਆ, ਇਸ ਰੂਪ ਦੇ ਵਿੱਚ ਐਵੇਂ ਹੀ ਉਹ ਸਪੈਲ ਹੁੰਦਾ ਆ। ਆਪਾਂ ਜਪ ਸ਼ਬਦ ਜਦੋਂ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਸ਼ੁਰੂਆਤ 'ਚ ਪੜ੍ਹਦੇ ਹਾਂ, ਨਿਤਨੇਮ ਦੀ ਬਾਣੀ ਜਿਹਨੂੰ ਅਸੀਂ ਸਤਿਕਾਰ ਵਜੋਂ ਜਪ ਜੀ ਸਾਹਿਬ ਕਹਿੰਦੇ ਹਾਂ, ਅਸਲ 'ਚ ਨਾਮ 'ਤੇ ਜਪ ਆ, ਜਪ ਬਾਣੀ ਜਾਂ ਜਪ ਨਿਸ਼ਾਨ ਲਿਖਿਆ ਮਿਲਦਾ ਸਾਨੂੰ ਕੁਝ ਕੁਝ ਹੱਥ ਲਿਖਤ ਸਰੂਪਾਂ ਵਿੱਚ, ਪੁਰਾਣਿਆਂ ਦੇ ਵਿੱਚ ਇੰਡੈਕਸ ਦੇ ਅੰਦਰ। ਖੈਰ ਉਸ ਜਪ ਨੂੰ ਤੁਸੀਂ ਬੜੇ ਧਿਆਨ ਨਾਲ ਦੇਖਿਓ, ਉਸ ਜਿਹੜੀ ਉਹਦੀ ਬਨਾਵਟ ਆ, ਗੁਰਪ੍ਰਸਾਦ, ਫਿਰ ਅੱਗੇ ਫੁੱਲ ਸਟੋਪ, ਦੋ ਡੰਡੇ ਲੱਗੇ ਨੇ, ਫਿਰ ਅੱਗੇ ਲਿਖਿਆ ਜਪ, ਜੱਜਾ ਅਤੇ ਪੱਪਾ, ਉਹਦੇ ਪੱਪੇ ਦੇ ਪੈਰ ਦੇ ਵਿੱਚ ਪਈਏ ਔਂਕੜ। ਅਸੀਂ ਜੇ ਅੱਜ ਦੀ ਮਾਡਰਨ ਪੰਜਾਬੀ ਦੇ ਅਕੋਰਡਿੰਗਲੀ ਪੜ੍ਹੀਏ ਉਸਨੂੰ, ਤਾਂ ਫਿਰ ਪੜ੍ਹਾਂਗੇ ਜਪੂ, ਬਈ ਜਪੂ ਨਹੀਂ ਪੜ੍ਹਦੇ, ਉਹਨੂੰ ਜਪ ਪੜ੍ਹਦੇ ਹਾਂ। ਉਹਦਾ ਰੀਜ਼ਨ ਹੈ ਕਿਉਂਕਿ ਜਿਹੜੀ ਥੱਲੇ ਔਂਕੜ ਲੱਗੀ ਹੈ ਉਹਦਾ ਉਚਾਰਨ ਨਾਲ ਸੰਬੰਧ ਨਹੀਂ ਹੈ, ਅਰਥ ਨਾਲ ਸੰਬੰਧ ਹੈ। ਅਰਥ ਕਰਨ ਲੱਗਿਆਂ ਸਾਨੂੰ ਪਤਾ ਲੱਗਦਾ ਹੈ ਕਿ ਇਹ ਸ਼ਬਦ ਕਿਸ ਸ਼੍ਰੇਣੀ ਵਿੱਚੋਂ, ਕਿਸ ਪਾਰਟ ਆਫ ਸਪੀਚ 'ਚੋਂ ਆ ਰਿਹਾ। ਇਹ ਇੱਥੇ ਐਕਟ ਕਰ ਰਿਹਾ ਐਜ਼ ਏ ਨਾਊਨ, ਇਹ ਇੱਥੇ ਐਕਟ ਕਰ ਰਿਹਾ ਐਜ਼ ਏ ਸਿੰਗੂਲਰ, ਇਹ ਐਕਟ ਕਰ ਰਿਹਾ ਐਜ਼ ਏ ਮੈਸਕੁਲਿਨ ਜੈਂਡਰ। ਜਦੋਂ ਇਹ ਤਿੰਨੇ ਕੰਡੀਸ਼ਨ ਫੁਲਫਿਲ ਹੋ ਗਈਆਂ, ਇਹਦੇ ਪੈਰ ਥੱਲੇ ਔਂਕੜ ਲੱਗ ਗਈ ਇਸ ਰੂਪ ਦੇ ਵਿੱਚ। ਸੋ ਇਹਦੇ ਮਾਇਨੇ ਹੁਣ ਕੀ ਬਣਨੇ ਨੇ, ਕਿਉਂਕਿ ਇਹ ਨਾਊਨ ਦੇ ਰੂਪ ਵਿੱਚ ਐਕਟ ਕਰਦਾ, ਨਾਊਨ ਕਿਵੇਂ ਐਕਟ ਕਰ ਰਿਹਾ, ਇਹ ਅਗਲੀ ਬਾਣੀ ਦਾ ਸਿਰਨਾਵਾ ਹੈ। ਇੱਥੋਂ ਬਾਤ ਆ ਗਈ, ਉਹਦੀ ਟ੍ਰਾਂਸਲੇਸ਼ਨ ਕਰਾਂਗੇ ਤਾਂ ਡੈਫੀਨੇਟਲੀ ਜਪ ਦਾ ਮਤਲਬ ਸਿਮਰਨ ਹੁੰਦਾ ਹੈ, ਪਰ ਇਹ ਬਾਣੀ ਦੇ ਸਿਰਨਾਵੇ ਦੇ ਨਾਲ ਉਸ ਸ਼੍ਰੇਣੀ 'ਚ ਆ ਰਿਹਾ। ਥੋੜ੍ਹਾ ਹੋਰ ਅੱਗੇ ਆ, ਜਪਜੀ ਸਾਹਿਬ ਦੇ ਵਿੱਚ ਅਸੀਂ ਜਦੋਂ ਅਸੰਖ ਦੀਆਂ ਪੌੜੀਆਂ ਪੜ੍ਹਦੇ ਹਾਂ, ਪੰਚ ਤੋਂ ਬਾਅਦ ਨੈਕਸਟ ਪੌੜੀ ਜਿਹੜੀ ਸ਼ੁਰੂ ਹੁੰਦੀ ਹੈ, ਅਸੰਖ ਜਪ, ਅਸੰਖ ਭਾਓ, ਅਸੰਖ ਪੂਜਾ, ਅਸੰਖ ਤਪਤਾਓ। ਹੁਣ ਅਸੰਖ ਜਪ, ਉੱਥੇ ਜੱਜੇ ਅਤੇ ਪੱਪੇ ਦੇ ਨਾਲ ਤੁਸੀਂ ਦੇਖੋ ਕੋਈ ਮਾਤਰਾ ਨਹੀਂ ਹੈ, ਕੋਈ ਵਾਵਲ ਨਹੀਂ ਆ ਰਿਹਾ, ਉੱਥੇ ਪੱਪਾ ਮੁਕਤਾ ਹੈ। ਹੁਣ ਇੱਥੇ ਉਹਦੇ ਮਾਇਨੇ ਟੋਟਲੀ ਡਿਫਰੈਂਟ ਨੇ, ਉਹ ਡਿਫਰੈਂਟ ਪਾਰਟ ਆਫ ਸਪੀਚ 'ਚੋਂ ਆ ਰਿਹਾ ਹੁਣ ਉੱਥੇ। ਸੋ ਉਹਨੂੰ ਉਸ ਕੰਟੈਕਸਟ 'ਚ ਪਾ ਕੇ ਉਹਦੀ ਟ੍ਰਾਂਸਲੇਸ਼ਨ ਕੀਤੀ ਜਾਏਗੀ, ਇੱਕ ਤੋਂ ਵਧੀਕ ਅਰਥਾਂ 'ਚ ਇੱਕ ਸ਼ਬਦ ਆ ਜਾਂਦਾ। ਹੁਣ ਆਪਾਂ ਅੱਜ ਦਾ ਜਿਹੜਾ ਸ਼ਬਦ ਪੜ੍ਹਨ ਲੱਗੇ ਹਾਂ ਇੱਥੇ, ਮੇਰੇ ਮਨ ਜਪ, ਇਹਦਾ ਪੱਪਾ ਨਾ ਮੁਕਤਾ ਹੈ, ਨਾ ਇਹਨੂੰ ਔਂਕੜ ਹੈ, ਇਹਦੇ ਪੱਪੇ ਨੂੰ ਪਈ ਹੈ ਸਿਹਾਰੀ। ਜਿਹਦੇ ਤੋਂ ਸਿੱਧਾ ਪਤਾ ਲੱਗਦਾ ਕਿ ਇਹ ਸ਼ਬਦ ਜਿਹੜੀ ਪਾਰਟ ਆਫ ਸਪੀਚ ਜਿਹੜਾ ਹਿੱਸੇ 'ਚੋਂ ਆ ਰਿਹਾ ਹੈ ਉਹ ਨਾਊਨ ਨਹੀਂ ਗਾ, ਵਰਬ ਹੈ। ਇੱਥੇ ਬਿਲਕੁਲ ਉਹਦੀ ਸ਼੍ਰੇਣੀ ਬਦਲ ਗਈ ਹੈ, ਇਹ ਕਿਰਿਆ ਹੈ। ਮਹਾਰਾਜ ਆਪਣੀ ਚੇਤਨਾ ਨੂੰ ਆਵਾਜ਼ ਦੇ ਕੇ ਕਹਿੰਦੇ, ਉਹ ਮੇਰੇ ਮਨ ਆਹ ਕੰਮ ਕਰਨਾ ਹੈ, ਅਸੀਂ ਕੀ ਕੰਮ ਕਰਨਾ ਹੈ, ਮੇਰੇ ਮਨ ਜਪ, ਜਪ ਕਰਨਾ, ਆਰਾਧਨ ਕਰਨਾ, ਧਿਆਨ ਦੇਣਾ, ਕਿਸੇ ਚੀਜ਼ ਦੀ ਰੈਪੀਟੀਸ਼ਨ ਕਰਨੀ ਹੈ। ਉਹ ਕਿਹੜੀ ਹੈ ਜੀ? ਮੇਰੇ ਮਨ ਜਪ, ਰਾਮ ਨਾਮ ਹਰ ਮਾਝਾ, ਰਮੀ ਹੋਈ ਸ਼ਕਤੀ ਦਾ ਨਾਮ, ਉਹਦੀ ਹੋਂਦ, ਉਹਦੀ ਐਗਜ਼ਿਸਟੈਂਸ, ਮਾਝਾ ਤੇਰੇ ਵਿੱਚ ਹੀ ਹੈ, ਤੇਰੇ ਨਾਲ ਹੈ, ਤੇਰੇ ਦਰਮਿਆਨ ਹੈ, ਬਸ ਆਹੀ ਰੂਪ ਆ। ਇਹਨੂੰ ਹੋਰ ਸਰਲ ਕਰਕੇ ਕੋਸ਼ਿਸ਼ ਕਰਦੇ ਹਾਂ ਸਮਝਣ ਦੀ। ਆਪਾਂ ਚੀਜ਼ਾਂ ਨੂੰ ਦੇਖੀਏ ਨਾ, ਅਤੇ ਕੁਦਰਤ ਨੇ ਜਿਵੇਂ ਸਾਨੂੰ ਬਣਾਇਆ ਹੈ, ਸਾਨੂੰ ਜਿਹੜੀ ਪਹਿਲੀ ਡਰਾਈਵਿੰਗ ਫੋਰਸ ਹੈ ਸਾਡੀ, ਉਹ ਹੈਗੀ ਲਾਲਚ। ਲਾਲਚ ਚਲਾਉਂਦਾ ਸਾਨੂੰ, ਸਾਰਾ ਸੰਸਾਰ ਮਨੁੱਖਾਂ ਦਾ ਜਿਹੜਾ ਇਹ ਜਮਾਵੜਾ ਹੈ ਇਹ ਲਾਲਚ ਕਰਕੇ ਚੱਲਦਾ। ਅਤੇ ਲਾਲਚ ਅਸੀਂ ਲਿਟਰਲੀ ਤੌਰ 'ਤੇ
ਦਿੰਦੇ ਹਾਂ, ਦੱਸਦੇ ਹਾਂ, ਤਾਂ ਜਾ ਕੇ ਸਾਰੀਆਂ ਚੀਜ਼ਾਂ ਚੱਲਦੀਆਂ ਹਨ। ਹੁਣ ਇਸ ਤਰ੍ਹਾਂ ਜਾਣੋ ਕਿ ਆਪਾਂ ਬੱਚੇ ਦੀ ਗੱਲ ਹੀ ਕੀਤੀ ਹੈ, ਅਤੇ ਬੱਚੇ ਨੂੰ ਆਪਾਂ ਕੁਝ ਪੜ੍ਹਨ ਵਾਸਤੇ ਭੇਜਣਾ, ਕੁਝ ਕਰਨਾ ਹੈ, ਅਤੇ ਬੱਚਾ ਪੜ੍ਹਨ ਵਾਸਤੇ ਜਾਂਦਾ ਹੈ। ਕਦੀ ਆਪਨੇ ਇਸ ਚੀਜ਼ ਨੂੰ ਐਕਸਪੀਰੀਅੰਸ ਕੀਤਾ ਹੋਏ, ਮੈਂ ਬੀਇੰਗ ਏ ਪੇਰੈਂਟ ਇਸ ਚੀਜ਼ ਨੂੰ ਬੜਾ ਕਲੋਜ਼ਲੀ ਮਤਲਬ ਇੰਜੋਏ ਵੀ ਕੀਤਾ, ਲਰਨ ਵੀ ਕੀਤਾ। ਜਦੋਂ ਤੁਸੀਂ ਪ੍ਰੀ ਸਕੂਲ ਬੱਚੇ ਨੂੰ ਭੇਜਦੇ ਹੋ, ਬੱਚਾ ਇੱਕ ਦੋ ਦਿਨ ਤੰਗ ਕਰਦਾ, ਫਿਰ ਬੜਾ ਖੁਸ਼ ਹੋ ਕੇ ਜਾਂਦਾ, ਕਿਉਂਕਿ ਦੇ ਪਲੇ ਓਵਰ ਦੇਅਰ ਆਲ ਦੈਟ। ਫਿਰ ਪ੍ਰੀ ਸਕੂਲ ਤੋਂ ਹੌਲੀ ਹੌਲੀ ਉਹਦਾ ਕਿੰਡਰ ਗਾਰਡਨ ਸ਼ੁਰੂ ਹੁੰਦਾ। ਅਤੇ ਮੈਨੂੰ ਯਾਦ ਆ, ਸਾਡਾ ਨੈਫਿਊ ਸੀਗਾ, ਅਤੇ ਉਹ ਪ੍ਰੀ ਸਕੂਲ ਗਿਆ, ਬੜਾ ਖੁਸ਼, ਬੜਾ ਉਸ ਰੂਪ ਦੇ ਵਿੱਚ। ਮੁੜ ਕੇ ਉਦੋਂ ਕਿੰਡਰ ਗਾਰਡਨ ਗਿਆ, ਇੱਕ ਦਿਨ ਗਿਆ, ਦੋ ਦਿਨ ਗਿਆ, ਕਹਿੰਦਾ ਮੈਂ ਤਾਂ ਨਹੀਂ ਜਾਣਾ। ਕਹਿੰਦੇ ਕੀ ਹੋਇਆ? ਕਹਿੰਦਾ ਮੈਨੂੰ ਤਾਂ ਵਾਪਸ ਭੇਜੋ ਸਕੂਲ ਜਿਹੜੇ ਪਹਿਲਾਂ ਜਾਂਦਾ ਸੀਗਾ। ਕਾਰਨ ਕੀ ਹੋਇਆ? ਕਾਰਨ ਇਹ ਹੋਇਆ, ਉੱਥੇ ਤਾਂ ਖੇਡਣਾ ਸੀਗਾ, ਇਹ ਕਹਿੰਦੇ ਲਰਨ ਕਰੋ, ਦੈਟਸ ਹਾਰਡ, ਇਹ ਤਾਂ ਬੜਾ ਔਖਾ ਕੰਮ ਆ, ਇਹ ਤਾਂ ਨਹੀਂ ਆਪਣੇ ਤੋਂ ਹੋਣਾ। ਮੀਨ ਉਹ ਤਾਂ ਮੈਨੂੰ ਲੈਟਰਸ ਦੇ ਰਹੇ ਆ, ਉਹਨਾਂ ਦੀ ਜਿਹੜੀ ਆ ਸਾਊਂਡ ਸਿਖਾ ਰਹੇ ਆ, ਫਿਊਨਿਕਸ ਵਗੈਰਾ, ਤਾਂ ਇਹ ਤਾਂ ਨਹੀਂ ਆਪਣੇ ਤੋਂ ਹੋਣਾ। ਬੰਦੇ ਨੂੰ ਜਦੋਂ ਇਹ ਪਤਾ ਲੱਗੇ ਵੀ ਮੈਨੂੰ ਐਫਰਟ ਪਾਉਣੀ ਪੈਣੀ ਹੈ, ਲਰਨ ਕਰਨਾ ਪੈਣਾ, ਉਹ ਕਹਿੰਦੇ ਨੋ ਨੋ ਨੋ, ਮੇਰੇ ਤੋਂ ਨਹੀਂ ਹੋ ਪਾਉਣਾ। ਫਿਰ ਉਹਨੂੰ ਥੋੜ੍ਹਾ ਜਿਹਾ ਲਾਲਚ ਦਿੱਤਾ ਜਾਂਦਾ, ਲਾਲਚ, ਕਹਿੰਦੇ ਕੋਈ ਨਾ, ਤੂੰ ਪੜ੍ਹੇਗਾ, ਆਹ ਹੋ ਜਾਏਗਾ, ਆਹ ਹੋ ਜਾਏਗਾ। ਪਰ ਉਹ ਕਹਿੰਦੇ ਨਹੀਂ ਨਹੀਂ ਮੈਂ ਤਾਂ ਕਾਬਲ ਹੀ ਨਹੀਂ ਗਾ, ਤੁਸੀਂ ਐਵੇਂ ਬਿਨਾਂ ਵਜ੍ਹਾ ਮੇਰੇ 'ਤੇ ਆਪਣੀ ਇਨਵੈਸਟਮੈਂਟ ਕਰ ਰਹੇ ਹੋ, ਮੇਰੇ 'ਤੇ ਐਵੇਂ ਐਫਰਟ ਪਾ ਰਹੇ ਹੋ, ਆਈ ਵੋਂਟ ਬੀ ਏਬਲ ਟੂ ਡੂ ਇਟ। ਫਿਰ ਉਹਨੂੰ ਦੱਸਿਆ ਜਾਂਦਾ ਕਿ ਨਾ ਪੁੱਤ, ਤੇਰੇ ਅੰਦਰ ਜਿਹੜੀ ਕਸ਼ਮਤਾ ਆ ਇਹ ਤਾਂ ਕੁਛ ਵੀ ਨਹੀਂ, ਤੂੰ ਤਾਂ ਇਸ ਤੋਂ ਕਿਤੇ ਵੱਧ ਤਾਕਤ ਰੱਖਦਾ, ਤੇਰੇ ਕੋਲ ਤਾਂ ਬੜਾ ਬ੍ਰੇਨ ਆ, ਤੇਰੇ ਕੋਲ ਬੜੀ ਐਬਿਲਿਟੀ ਆ, ਬੜਾ ਹਰ ਮਾਝਾ ਤੇਰੇ ਵਿੱਚ ਹੀ ਸਾਰਾ ਕੁਛ ਪਿਆ ਆ, ਯਾਦ ਹੀ ਕਰਾਉਣਾ ਬਸ ਤੈਨੂੰ। ਤੂੰ ਸਿਰਫ ਇਸ ਨੇ ਕਿਸੇ ਕਰਕੇ ਕਿਹਾ ਗਿਆ, ਜਿਹੜਾ ਵਰਡ ਪਹਿਲਾਂ ਹੁੰਦਾ ਸੀ, ਇਨਵੈਂਸ਼ਨ ਕੀਤੀ ਜਾਂਦੀ, ਕੋਈ ਨਵੀਂ ਚੀਜ਼ ਬਾਹਰੋਂ ਲਿਆਂਦੀ ਜਾਂਦੀ, ਹੌਲੀ ਹੌਲੀ ਕਰਕੇ ਸਮਝ ਆਈ ਕਿੱਥੋਂ ਇਨਵੈਂਸ਼ਨ ਕਰਨ ਦੀ ਲੋੜ ਨਹੀਂ ਹੈ, ਐਵਰੀਥਿੰਗ ਆਲਰੇਡੀ ਐਗਜ਼ਿਸਟਿੰਗ ਹੇਅਰ, ਜਸਟ ਵਟ ਟੂ ਡੂ ਡਿਸਕਵਰ। ਸਿਰਫ ਉਹਨੂੰ ਥੋੜ੍ਹਾ ਜਿਹਾ ਤੁਸੀਂ ਡਿਸਕਵਰ ਪੜਦਾ ਪਿਆ, ਉਹ ਪੜਦਾ ਲਾਉਣਾ, ਨਾਲ ਦੀ ਨਾਲ ਚੀਜ਼ ਬਾਹਰ ਆ ਜਾਣੀ। ਰੱਬ ਨੂੰ ਕਿਤੇ ਲੱਭਣ ਨਹੀਂ ਜਾਣਾ, ਰੱਬ ਤੇਰੇ ਦਰਮਿਆਨ ਹੀ ਹੈ, ਤੇਰੇ ਨਾਲ ਹੀ ਹੈ। ਇੱਥੇ ਕਿਹਾ ਮੇਰੇ ਮਨ ਜਪ ਰਾਮ ਨਾਮ ਔਰ ਮਾਝਾ, ਅਸੀਂ ਬਚਨ ਪੜ੍ਹਦੇ ਹਾਂ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ, ਕਿਤੇ ਲੱਭਣ ਨਹੀਂ ਜਾਣਾ, ਉਹ ਤੇਰੇ ਅੰਗ ਸੰਗ ਹੈ, ਤੇਰੇ ਨਾਲ, ਤੇਰਾ ਰੂਪ ਤਾਂ ਹੈ, ਤੇਰਾ ਵਜੂਦ ਹੈ, ਤੇਰਾ ਅਸਲਾ ਹੈ, ਬਸ ਤੂੰ ਉਸਨੂੰ ਅਹਿਸਾਸ ਵਿੱਚ ਲੈ ਕੇ ਆਉਣਾ ਹੈ। ਇਹ ਹੈ ਸਾਡੇ ਆਪਣੇ ਆਪੇ ਦਾ ਇੱਕ ਰਿਸ਼ਤਾ, ਜਿਹੜਾ ਜਪ ਦੇ ਜ਼ਰੀਏ ਸਾਡੇ 'ਚੋਂ ਪ੍ਰਗਟ ਹੋਣਾ ਆ। ਜਿੰਨੀ ਵਾਰ ਅਸੀਂ ਆਪਣੇ ਆਪੇ ਦਾ ਅਹਿਸਾਸ ਕਰਾਂਗੇ, ਇਹਨੂੰ ਇਸ ਤਰ੍ਹਾਂ ਕਿਹਾ ਜਾਂਦਾ ਆ, ਜੇ ਲਗਾਤਾਰਤਾ ਦੇ ਨਾਲ ਮੈਂ ਆਪਣੀ ਸੈਲਫ ਬੀਟਿੰਗ ਕਰਾਂਗਾ, ਆਪਣੇ ਆਪ ਨੂੰ ਮਾੜਾ, ਆਪਣੇ ਆਪ ਨੂੰ ਕੋਝਾ ਭੈੜਾ ਕਹੀ ਜਾਵਾਂਗਾ, ਮੇਰੇ ਅੰਦਰ ਦਾ ਮਾੜਾਪਨ ਬਾਹਰ ਆਈ ਜਾਏਗਾ। ਜਿੰਨਾ ਮੈਂ ਆਪਣੇ ਆਪ ਦੇ ਉੱਤੇ ਫੋਕਸ ਕਰਕੇ ਆਪਣੇ ਗੁਣ ਤਸੱਵਰ ਕਰਾਂਗਾ, ਇਸ ਤਰ੍ਹਾਂ ਵੀ ਕਹਿ ਲਈਏ, ਫਿਰ ਬਾਤ ਕਰਦੇ ਨਵਾਂ, ਕਿਉਂਕਿ ਮੋਸਟਲੀ ਜ਼ਿਆਦਾ ਐਗਜ਼ਾਮਪਲਸ ਕਾਉਂਸਲਿੰਗ ਸਾਈਡ ਤੋਂ ਆ ਜਾਂਦੀਆਂ ਨੇ, ਸੋਰੀ ਫਾਰ ਦੈਟ। ਪਰ ਹੁੰਦਾ ਇਹ ਹੈ, ਅਸੀਂ ਯੰਗ ਬੱਚਿਆਂ ਦੇ ਜਦੋਂ ਬਿਹੇਵੀਅਰ ਇਸ਼ੂਜ਼ ਹੁੰਦੇ ਨੇ, ਉਹਦੇ 'ਚ ਇੱਕ ਐਕਟੀਵਿਟੀ ਹੁੰਦੀ, ਉਹਨੂੰ ਅਸੀਂ ਮਿਰਰ ਕਰਨਾ ਕਹਿੰਦੇ ਹਾਂ, ਯੂ ਨੋ, ਵੀ ਗੋਨਾ ਡੂ ਮਿਰਰ। ਉਹਨਾਂ ਨੂੰ ਮਿਰਰ ਕਰਨ ਦਾ ਮਤਲਬ ਇਹ ਹੁੰਦਾ ਕਿ ਉਹਨਾਂ ਨੂੰ ਸ਼ੀਸ਼ੇ ਦੇ ਸਾਹਮਣੇ ਖੜ੍ਹਾ ਕਰਕੇ, ਅਤੇ ਉਹਨਾਂ ਨੂੰ ਕਿਹਾ ਜਾਂਦਾ ਕਿ ਓਕੇ, ਆਪਣੇ ਵੱਲ ਨਿਹਾਰੋ, ਦੇਖੋ, ਐਂਡ ਵਟ ਐਵਰ ਐਡਜੈਕਟਿਵਸ ਕਮਸ ਇਨ ਯੂਰ ਮਾਇੰਡ, ਜਸਟ ਇਨ ਵਨ ਗਲੈਂਸ ਅਬਾਊਟ ਯੂਰ ਸੈਲਫ, ਜਸਟ ਰਾਈਟ ਡਾਊਨ ਔਨ ਪੇਪਰ। ਕੁਝ ਵੀ ਆਪਣੇ ਵੱਲ ਵੇਖ ਕੇ ਜੋ ਤੁਹਾਨੂੰ ਪਹਿਲਾਂ ਲੱਗਦਾ ਸ਼ਬਦ ਵੀ ਆਪਣੇ ਬਾਰੇ ਕੀ ਕਹਿਣਾ ਹੈ, ਲਿਖੋ ਉਹਦੇ ਉੱਤੇ, ਫਿਰ ਦੂਜਾ, ਫਿਰ ਤੀਜਾ, ਫਿਰ ਚੌਥਾ। ਅਤੇ ਯੰਗ ਬੱਚੇ ਸਾਹਮਣੇ ਸ਼ੀਸ਼ੇ 'ਤੇ ਖੜ੍ਹੇ ਹੋ ਕੇ ਆਪਣੇ ਆਪ ਨੂੰ ਦੇਖ ਕੇ
ਵਰਡ ਯੂਜ਼ ਕਰਨੇ ਸ਼ੁਰੂ ਕਰਨਗੇ। ਬੜੀ ਕਈ ਵਾਰੀ ਕਲਰਫੁੱਲ ਲੈਂਗੁਏਜ ਵੀ ਲਿਖ ਦਿੰਦੇ ਹੋ, ਪਰ ਟੂਕ ਮਾਤਰ 'ਚ ਬੇਨਤੀ ਕਰਾਂ, ਕਹਿਣਗੇ ਕ੍ਰੇਜ਼ੀ, ਲੇਜ਼ੀ, ਬੈਡ, ਇਸ ਤਰੀਕੇ ਨਾਲ ਇੱਥੋਂ ਸ਼ੁਰੂ ਕਰਨਗੇ। ਜਾਂ ਇਸ ਤੋਂ ਵੀ ਅੱਗੇ ਹੋਰ ਮਤਲਬ ਨੈਗੇਟਿਵ ਵਰਡਸ ਉਹ ਕਈ ਵਾਰੀ ਲਿਖਦੇ ਨੇ ਪੇਪਰ ਦੇ ਉੱਤੇ, ਮੋਸਟਲੀ ਐਵੇਂ ਲਿਖਦੇ ਨੇ। ਅਤੇ ਫਿਰ ਅਸੀਂ ਉਹਨਾਂ ਨੂੰ ਪੇਪਰ ਲੈ ਕੇ ਦਿਖਾਉਂਦੇ ਹਾਂ, ਅੱਛਾ ਜੇ ਤੂੰ ਆਪਣੇ ਆਪ ਨੂੰ ਹੀ ਇਸ ਤਰੀਕੇ ਨਾਲ ਚਿੱਤਰਦਾ ਹੈ, ਆਪਣੇ ਆਪ ਬਾਰੇ ਇਹ ਕਹਿ ਰਿਹਾ, ਆਪਣੇ ਆਪ ਬਾਰੇ ਸੋਚਦਾ, ਦੂਜੇ ਤੇਰੇ ਬਾਰੇ ਕੀ ਸੋਚਣਗੇ? ਥਿੰਕ ਅਬਾਊਟ ਇਟ। ਜਦੋਂ ਤੂੰ ਆਪਣੀ ਹੀ ਪੋਟੈਂਸ਼ੀਅਲ ਤੋਂ ਇਹ ਸਮਝਦਾ ਕਿ ਮੈਂ ਬਸ ਇੰਨਾ ਹੀ ਹੈਗਾ ਹਾਂ, ਦੂਜਿਆਂ ਤੋਂ ਕੀ ਤਵੱਕੋ ਕਰਦਾ? ਬਾਬਾ ਜੀ ਇਹੀ ਬਾਤ ਕਹਿੰਦੇ, ਕਹਿੰਦੇ ਆਪਣੀ ਚੇਤਨਾ ਨੂੰ ਅਹਿਸਾਸ ਕਰਾ, ਤੂੰ ਤੇ ਰੱਬ ਦੀ ਅੰਸ਼। ਕਹੋ ਕਬੀਰ ਇਹ ਰਾਮ ਕੀ ਅੰਸ਼, ਤੂੰ ਵਾਹਿਗੁਰੂ ਦਾ ਸਾਇਆ ਹੈ, ਤੈਨੂੰ ਵਾਹਿਗੁਰੂ ਨੇ ਜੀਵਨ ਇਸ ਕਰਕੇ ਥੋੜ੍ਹਾ ਦਿੱਤਾ ਹੈ, ਤੈਨੂੰ ਉਸ ਸਿਰਜਣਹਾਰ ਨੇ ਕੁਝ ਗੁਣਾਂ ਦਾ ਮੁਜੱਸਮ ਬਣਾ ਕੇ ਭੇਜਿਆ, ਆਹੀ ਜਾਪਿਆ ਸਾਰਾ, ਇਹ ਸਿਮਰਨ ਹੈ, ਇਹ ਆਰਾਧਨ ਹੈ। ਜੇ ਤੁਸੀਂ ਇਸ ਆਰਾਧਨ ਦੇ ਨਾਲ ਆਪਣੇ ਆਪ ਨੂੰ ਸੁਰਤਿਆਬ ਕਰੋਗੇ, ਬੰਦਾ ਦੇਵਤਾ ਹੈ। ਈਵਨ ਬਾਣੀ ਕਹਿੰਦੀ ਦੇਵਤੇ ਤੋਂ ਵੀ ਗਾਉਣ, ਬੰਦਾ ਤੇ ਬਿਲਕੁਲ ਡਿਵਾਈਨ ਐਬਿਲਿਟੀ ਨਾਲ ਭਰਿਆ ਪਿਆ, ਉਹਦੇ ਦੈਵੀ ਗੁਣਾਂ ਦਾ ਮੁਜੱਸਮ ਆ। ਇੱਥੇ ਮਹਾਰਾਜ ਨੇ ਕਿਹਾ ਮੇਰੇ ਮਨ ਜਪ ਰਾਮ ਨਾਮ ਹਰ ਮਾਝਾ, ਹੇ ਮੇਰੇ ਮਨ, ਹੇ ਮੇਰੀ ਚੇਤਨਾ, ਉਸ ਹਰੀ ਦਾ ਧਿਆਨ ਧਰ, ਉਸ ਹਰੀ ਦਾ ਅਹਿਸਾਸ ਆਪਣੇ ਆਪ ਵਿੱਚ ਪਾ, ਜੋ ਕਿ ਤੇਰਾ ਅਸਲ ਰੂਪ ਤੇਰੇ ਵਿੱਚ ਹੀ ਪਿਆ ਹੈ। ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ, ਗੁਰ ਗਿਆਨ ਦਿਓ ਮਨ ਸਮਝਾ, ਮਨ ਸਮਝਾ, ਮਨ ਸਮਝਾ। ਇਹ ਹੈ ਪੋਸੀਬਿਲਿਟੀ, ਆਪਾਂ ਗਿਆਨ ਦੀਆਂ ਗੱਲਾਂ ਕਰੀਏ, ਪੜ੍ਹੀਏ, ਸੁਣੀਏ, ਸਮਝੀਏ, ਸਭ ਚੀਜ਼ਾਂ ਹੋ ਜਾਣ, ਪਰ ਮਨ ਨਾ ਸਮਝੇ, ਇਹ ਪੋਸੀਬਿਲਿਟੀ ਹੈ। ਹੁੰਦਾ ਆ ਅਸੀਂ ਕਿਤੇ ਕੁਝ ਗੱਲਬਾਤ ਹੋ ਰਹੀ ਹੋਏ ਅਤੇ ਅਸੀਂ ਨੋਡਿੰਗ ਵੀ ਕਰੀਏ, ਅਸੀਂ ਗੱਲ ਚੱਗਰੀ ਵੀ ਕਰ ਜਾਈਏ, ਪਰ ਅੰਦਰ ਵਰਾਏ ਚੱਲ ਰਹੀ ਹੋਏ ਵੀ ਇਹ ਗੱਲ ਮੈਂ ਸਹਿਮਤ ਨਹੀਂ ਕਰਦਾ, ਇਹ ਠੀਕ ਨਹੀਂ ਗੀ। ਮਨ ਉਹਦੇ ਨਾਲ ਐਗਰੀ ਕਰੇ, ਮਨ ਉਹਦੇ ਨਾਲ ਸਮਝ ਦੇ ਪੱਧਰ 'ਤੇ ਰਿਸ਼ਤਾ ਜੋੜੇ, ਜ਼ਰੂਰੀ ਨਹੀਂ ਗਾ, ਅਤੇ ਮੋਸਟਲੀ ਐਵੇਂ ਹੁੰਦਾ ਆ। ਕਿਤੇ ਹੈ ਮਨ ਸਮਝ ਜਾਏ, ਮਨ ਦੇ ਅੰਦਰੋਂ ਚੀਜ਼ ਘਰ ਘਰ ਜਾਏ। ਆਪਾਂ ਇਸ ਨੂੰ ਜਦੋਂ ਨਿਊਰੋ ਸਾਇੰਸਿਸ ਦੇ ਵਿੱਚ ਜਾ ਕੇ ਦੇਖਦੇ ਹਾਂ, ਸਾਡੇ ਜਿਹੜੇ ਬ੍ਰੇਨ ਦੇ ਨਿਊਰੋ ਟਰਾਂਸਮੀਟਰਸ ਜਿਵੇਂ ਕੰਮ ਕਰਦੇ ਨੇ, ਇਸ ਬਾਬਤ ਵੈਸੇ ਤਾਂ ਬੜੀ ਫੈਸੀਨੇਟਿੰਗ ਸਟੱਡੀਜ਼ ਆ ਰਹੀਆਂ ਨੇ ਇੱਕ ਤੋਂ ਬਾਅਦ ਇੱਕ। ਇਹਦਾ ਇਸ ਤਰ੍ਹਾਂ ਕਿਹਾ ਜਾਂਦਾ ਕਿ ਸਾਡੇ ਜਿਹੜਾ ਬ੍ਰੇਨ ਦੀ ਵਾਇਰਿੰਗ ਦੇ ਵਿੱਚ ਉਹ ਫਲੂਇਡ ਚੱਲਦਾ ਆ, ਅਤੇ ਉਹਦੇ ਅੰਦਰ ਬਹੁਤ ਛੋਟੇ ਛੋਟੇ ਜਿਵੇਂ ਟਾਈਨੀ ਡਸਟ ਬਾਲਸ ਹੁੰਦੀਆਂ ਨਾ, ਇਸ ਤਰੀਕੇ ਦੇ ਨਾਲ ਉਹ ਛੋਟੇ ਛੋਟੇ ਅਣੂ ਨੇ ਜਿਹੜੇ ਇਸ ਤਰ੍ਹਾਂ ਚੱਲਦੇ ਨੇ, ਉਹ ਨਿਊਰੋ ਟਰਾਂਸਮੀਟਰਸ ਇੱਕ ਦੂਜੇ ਦੇ ਨਾਲ ਕਮਿਊਨੀਕੇਟ ਕਰਦੇ ਨੇ, ਜਿਹਦੇ ਨਾਲ ਸਾਡੀ ਸਾਰੀ ਕਹਿ ਲਓ ਕਿ ਐਕਟੀਵਿਟੀ ਬ੍ਰੇਨ ਦੀ ਚੱਲਦੀ ਹੈ। ਉਹਦੇ ਅੰਦਰ ਕੁਝ ਰਿਸੈਪਟਰਸ ਨੇ ਜਿਹੜੇ ਬਾਹਰੋਂ ਮੈਸੇਜ ਰਿਸੀਵ ਕਰਦੇ ਨੇ ਇਸ ਰੂਪ ਦੇ ਵਿੱਚ, ਉਹ ਰਿਸੈਪਟਰਸ ਮੈਸੇਜ ਰਿਸੀਵ ਕਰਕੇ ਫਿਰ ਉਹ ਇੱਕ ਖਾਸ ਕਿਸਮ ਦੀ ਜਿਵੇਂ ਇਲੈਕਟ੍ਰੀਸਿਟੀ ਦੇ ਆ ਮਤਲਬ ਇੱਕ ਕਹਿ ਲਓ ਕਿ ਸ਼ੌਕ ਦੀ ਤਰ੍ਹਾਂ ਜਿਵੇਂ ਹੁੰਦਾ, ਉਸ ਤਰੀਕੇ ਨਾਲ ਚੀਜ਼ ਪ੍ਰੋਡਿਊਸ ਕਰਦੇ ਨੇ। ਫਿਰ ਉਸ ਤੋਂ ਬਾਅਦ ਕੁਝ ਇਨਰ ਸਾਡੇ ਹੋਰ ਨਿਊਰੋਨਸ ਨੇ ਜਿਹੜੇ ਉਹਨਾਂ ਦੀ ਆਪਸ ਵਿੱਚ ਕਮਿਊਨੀਕੇਸ਼ਨ ਹੁੰਦੀ, ਉਹਨਾਂ ਦੀ ਪੈਦਾ ਕੀਤੀ ਹੋਈ ਉਸ ਵੇਵ ਨੂੰ ਆਪਣੇ ਅੰਦਰ ਜਜ਼ਬ ਕਰਦੇ ਨੇ, ਉਸ ਵਿੱਚ ਲੈ ਕੇ ਆਉਂਦੇ ਨੇ। ਇਹ ਕਿਰਿਆ ਇਤਨੀ ਜ਼ਿਆਦਾ ਮਤਲਬ ਫਾਸਟ ਟਰੈਕ 'ਤੇ ਹੁੰਦੀ ਹੈ ਕਿ ਜਿਸ ਨੂੰ ਗ੍ਰਿਪ ਕਰਨਾ ਵੀ ਕਈ ਵਾਰੀ ਹਾਰਡ ਹੁੰਦਾ, ਪਰ ਉਹ ਕਹਿੰਦੇ ਬਿਆਨ ਕਰਦੇ, ਕਹਿੰਦੇ ਸਪੋਜ਼ ਇੱਕ ਲੈਵਲ 'ਤੇ ਲੱਗਦਾ ਕਿ ਕੁਝ ਨਿਊਰੋਨਸ ਜਿਹੜੇ ਨੇ ਉਹ ਮੈਸੇਜ ਰਿਸੀਵ ਕਰ ਰਹੇ ਨੇ, ਉਹ ਰਿਸੈਪਟਰਸ ਰਿਸੀਵ ਕਰ ਰਹੇ ਨੇ ਮੈਸੇਜ, ਪਰ ਜਿਵੇਂ ਹੀ ਉਹ ਮੈਸੇਜ ਰਿਸੀਵ ਕਰਕੇ
ਦੁਬਾਰਾ ਅੱਗੇ ਕਮਿਊਨੀਕੇਟ ਕਰਨ ਵਾਸਤੇ, ਜਿਹਦੇ 'ਚੋਂ ਆ ਸਾਰੀ ਐਲਗਰਿਦਮ ਦੀ ਲੈਂਗੁਏਜ ਨਿਕਲੀ ਹੈ, ਸਾਰੀ ਇੱਥੋਂ ਹੀ ਨਿਕਲੀ ਹੈ। ਉਹਨੇ ਪਕੜਨੀ ਹੈ, ਪੜ੍ਹ ਕੇ ਉਸਨੇ ਬਾਹਰਲੀ ਲੈਂਗੁਏਜ ਨੂੰ ਕੰਪਿਊਟਰ ਦੀ ਲੈਂਗੁਏਜ 'ਚ ਕਨਵਰਟ ਕਰ ਦੇਣਾ। ਇਹਦੇ ਲਈ ਡੂਅਲ ਜਿਹੜਾ ਪ੍ਰੋਸੈਸ ਚੱਲਦਾ, ਜੇ ਕਿਤੇ ਇੱਕ ਵੀ ਜਗ੍ਹਾ 'ਤੇ ਟੁੱਟ ਜਾਏ ਭਾਵੇਂ ਅੰਦਰਲਾ ਭਾਵੇਂ ਬਾਹਰਲਾ, ਉਹ ਚੀਜ਼ ਕਨਵਰਟ ਨਹੀਂ ਹੋਏਗੀ ਉਸ ਰੂਪ ਦੇ ਅੰਦਰ। ਇੱਥੇ ਵੀ ਇਨ ਬਿਨ ਇਸ ਤਰੀਕੇ ਨਾਲ ਹੁੰਦਾ, ਜਿਵੇਂ ਹੀ ਉਹ ਮੈਸੇਜ ਰਿਸੈਪਟਰ ਰਿਸੀਵ ਕਰਦਾ, ਉਹ ਆਪਣੇ ਤਰੀਕੇ ਨਾਲ ਉਹਨੂੰ ਵੇਵ ਦੇ ਵਿੱਚ ਕਨਵਰਟ ਕਰਦਾ। ਜਦੋਂ ਕਨਵਰਟ ਕਰਕੇ ਅੰਦਰਲੇ ਜਿਹੜੇ ਨਿਊਰੋਨਸ ਨੇ ਉਹਨਾਂ ਨੇ ਰਿਸੀਵ ਕਰਨਾ ਆ, ਉਹ ਰਿਸੀਵ ਨਹੀਂ ਕਰਦੇ। ਜਦੋਂ ਰਿਸੀਵ ਨਹੀਂ ਕਰਦੇ ਤਾਂ ਡੈਫੀਨੇਟਲੀ ਉਹ ਚੀਜ਼ ਸਾਡੀ ਇੱਛਾ ਸ਼ਕਤੀ 'ਚ ਕਨਵਰਟ ਨਹੀਂ ਹੁੰਦੇ, ਅਸੀਂ ਉਹਦੇ ਲਈ ਕੰਮ ਕਰਨ ਲਈ ਤਿਆਰ ਨਹੀਂ ਹੁੰਦੇ। ਇਹ ਸਾਡੀ ਸਾਰੇ ਜਿਹੜੇ ਬਾਡੀ ਦੇ ਸੈਲਸ ਨੇ, ਐਨਰਜੀ ਹੈ, ਇਹ ਕਹਿੰਦੀ ਆਮ ਨੋਟ ਗੋਇੰਗ ਟੂ ਡੂ ਦੈਟ। ਇੱਥੇ ਜਾ ਕੇ ਪਤਾ ਲੱਗਦਾ ਚੀਜ਼ ਸਮਝ ਆ ਕੇ ਸਮਝ ਨਹੀਂ ਆਈ, ਇਹ ਹਾਰਡ ਪਾਰਟ ਆ। ਇਹਦੇ ਲਈ ਕੋਈ ਦਵਾਈ, ਕੋਈ ਇੰਜੈਕਸ਼ਨ, ਕੋਈ ਕੁਛ ਨਹੀਂ ਕੰਮ ਕਰਦਾ। ਇਹ ਇਤਨਾ ਨੈਚੁਰਲ ਪ੍ਰੋਸੈਸ ਆ ਜਿਹਦੇ 'ਚ ਕਹਿੰਦੇ ਨੇ ਕਿ ਬਸ ਤੁਹਾਡੀ ਕੋਈ ਅੰਦਰ ਦੀ ਕਿਰਿਆ ਹੀ ਕੰਮ ਕਰ ਰਹੀ ਉਹਦੇ ਅੰਦਰ। ਹਾਲਾਂਕਿ ਸਭ ਫਿਜ਼ੀਕਲ ਸਾਈਡ ਤੋਂ ਸਮਝਿਆ ਗਿਆ, ਪਰ ਫਿਰ ਕਿਹਾ ਨੋ, ਇਹ ਬਿਲਕੁਲ ਕੋਈ ਸਪਿਰਿਚੁਅਲ ਸਾਈਡ 'ਤੇ ਆ ਜਾਂਦੀ ਬਾਤ। ਇੱਥੇ ਸਾਹਿਬ ਕਹਿੰਦੇ ਕਿਤੇ ਕੋਈ ਤਰਸ ਦੇ ਘਰ ਵਿੱਚ ਆਵੇ, ਕਿਆ ਹਰ ਹਰ ਕਿਰਪਾਲ ਕਿਰਪਾ ਪ੍ਰਭਧਾਰੀ, ਕਿਤੇ ਹਰੀ ਵਾਹਿਗੁਰੂ ਤਰਸ ਦੇ ਘਰ 'ਚ ਕਿਰਪਾ ਕਰੇ, ਕਿਤੇ ਉਹ ਸਾਡੇ ਵਾਸਤੇ ਇੱਕ ਐਕਸਟਰਾ, ਮਤਲਬ ਕਹਿ ਲਓ ਕਿ ਐਕਸਟਰਾ ਗ੍ਰੇਸ, ਐਕਸਟਰਾ ਮਾਈਲ, ਕੋਈ ਐਕਸਟਰਾ ਚੀਜ਼ ਸਾਡੇ ਵਾਸਤੇ ਸਾਨੂੰ ਬਖਸ਼ੇ। ਹਰ ਹਰ ਕਿਰਪਾਲ ਕਿਰਪਾ ਪ੍ਰਭਧਾਰੀ, ਗੁਰ ਗਿਆਨ ਦਿਓ। ਜਿਹੜਾ ਗੁਰੂ ਨੇ ਗਿਆਨ ਦਿੱਤਾ ਨਾ, ਜਿਹੜਾ ਗੁਰੂ ਗਿਆਨ ਬਖਸ਼ ਰਿਹਾ ਹੈ, ਮਨ ਸਮਝਾ, ਉਹ ਮਨ ਦੇ ਵਿੱਚ ਜਾ ਕੇ ਸਮਝ 'ਚ ਕਨਵਰਟ ਹੋ ਜਾਏ, ਮਨ ਉਹਨੂੰ ਸਮਝ ਜਾਏ, ਮਨ ਉਸ ਸਮਝ ਨੂੰ ਅਖਤਿਆਰ ਕਰ ਲਵੇ। ਇਹ ਬੜੀ ਵੱਡੀ ਗੱਲ ਹੈ। ਸਮਝ, ਮਾਫ਼ੀ ਮੰਗਾਂਗਾ, ਹੀ ਸਾਰੀ ਵੰਡਦੇ ਹਾਂ ਸਵੇਰ ਤੋਂ ਸ਼ਾਮ ਤੱਕ, ਲੈਂਦਾ ਕੋਈ ਨਹੀਂ ਗਾ, ਇਹ ਬੜੀ ਮੁਸ਼ਕਲ ਹੈ। ਮੇਰੀ ਸਮਝ ਮੇਰੇ ਹੀ ਕੰਮ ਨਹੀਂ ਆਉਂਦੀ, ਕਿਉਂ? ਕਿਉਂਕਿ ਮੇਰਾ ਮਨ ਹੀ ਇਸ ਚੀਜ਼ ਨੂੰ ਸਮਝ ਨੂੰ ਅਡਾਪਟ ਨਹੀਂ ਕਰਦਾ, ਕੀ ਕਰਾਂਗੇ ਅਸੀਂ। ਜਦੋਂ, ਸੋਰੀ ਫਾਰ ਦੈਟ, ਅਕਸਰ ਗੱਲ ਹੋਈ ਹੈ ਸਾਡੀਆਂ, ਕਈ ਵਾਰੀ ਗੱਲਾਂ ਇੰਨੀਆਂ ਵਾਜਬ ਅਤੇ ਕਮਾਲ ਦੀਆਂ ਹੁੰਦੀਆਂ, ਸਾਡਾ ਬਿਹੇਵੀਅਰ ਉਹਨਾਂ ਗੱਲਾਂ ਦੇ ਪੈਰ ਵਰਗਾ ਵੀ ਨਹੀਂ ਹੁੰਦਾ। ਇਟਸ ਅਨਬਲੀਵੇਬਲ ਥਿੰਗ ਬਟ ਇਟ ਹੈਪਨਸ। ਇਹ ਜਿਹੜੀ ਚੀਜ਼ ਬਾਬਾ ਜੀ ਕਹਿੰਦੇ ਤੇ ਤੇਰੇ ਅੰਦਰ ਹੀ ਪਈ ਹੈ ਐਬਿਲਿਟੀ, ਤੂੰ ਕਰ ਸਕਦਾ। ਮਨ ਸਮਝਾ, ਹਾਂ ਕਿਤੇ ਗੁਰੂ ਗਿਆਨ ਤੇਰੀ ਸੁਰਤ 'ਚ ਆਵਾਜ਼ ਆਏ, ਤੇਰੇ ਮਨ 'ਚੋਂ ਸਮਝ ਦਾ ਤਸੱਵਰ ਆ ਜਾਏ, ਰਹਾਉ ਦਾ ਬੰਦਿਆ। ਹੁਣ ਅਜੇ ਸ਼ੁਰੂਆਤੀ ਪਦੇ 'ਚ ਗੁਰੂ ਰਾਮਦਾਸ ਮਹਾਰਾਜ ਨੇ ਬੜੀ ਸਖਤਾਈ ਨਾਲ ਤਾਕੀਦ ਕੀਤੀ ਇਹਦੇ 'ਚ। ਬਾਬਾ ਜੀ ਬਿਆਨ ਕਰਦੇ, ਜਿਨ ਹਰ ਹਿਰਦੈ ਨਾਮ ਨਾ ਬਸਿਓ, ਤਿਨ ਮਾਤ ਕੀ ਜੈ ਹਰ ਬਾਂਝਾ। ਮਾਤ ਕੀ ਜੈ ਹਰ ਬਾਂਝਾ, ਮਾਂ ਦਾ ਬਾਂਝ ਰਹਿ ਜਾਣਾ। ਕੁਦਰਤ ਦੇ ਨਿਯਮਾਂ ਦੇ ਵਿੱਚ ਜਿਹੜੀ ਰੀਪ੍ਰੋਡਕਸ਼ਨ ਆ, ਜਿਹੜੀ ਜੀਵਨ ਦੇ ਵਿੱਚੋਂ ਜੀਵਨ ਦੀ ਆਮਦ ਆ, ਇੱਕ ਬੜਾ ਸੈਕਰੇਟ ਅਤੇ ਬੜਾ ਇਹ ਆਲਮ, ਮਤਲਬ ਕਹਿ ਲਓ ਕਿ ਮਤਲਬ ਇੱਕ ਤਰ੍ਹਾਂ ਦੀ ਮਦਰ ਨੇਚਰ ਦੀ ਨਿਰੀ ਬਲਿਸ ਹੀ ਹੈ। ਇਹਨੂੰ ਇਸ ਰੂਪ ਵਿੱਚ ਲਿਆਂਦਾ ਗਿਆ, ਇਹ ਕੋਈ ਛੋਟੀ ਚੀਜ਼ ਨਹੀਂ ਗਈ ਹੈ। ਇਸ ਤਰੀਕੇ ਨਾਲ ਜਾਣੋ, ਈਵਨ ਹੁਣ ਤਾਂ ਮਤਲਬ ਸਾਹਿਬ ਆਪਾਂ ਜੇ ਈਸਟਰਨ ਸਕੂਲ ਆਫ ਥੋਟ 'ਚ ਦੇਖਦੇ ਹਾਂ ਅਤੇ ਉਹਦੇ ਅੰਦਰ ਇੱਕ ਅਜੀਬ ਤਰ੍ਹਾਂ ਦਾ ਡੁਐਲਿਟੀ ਸੀਗੀ। ਇੱਕ ਪਾਸੇ ਇਹੋ ਜਿਹੀਆਂ ਰਚਨਾਵਾਂ ਜਿਹੜੀਆਂ ਮਤਲਬ ਨਵ ਜੀਵਨ ਵਾਸਤੇ
ਬੜਾ ਪ੍ਰੇਰਣਾ ਦਿੰਦੀਆਂ ਸਭ। ਦੂਜੇ ਪਾਸੇ ਬਿਲਕੁਲ ਉਲਟ ਤਰੀਕਾ, ਰਿਨਾਊਂਸੇਸ਼ਨ ਕਰਨੀ, ਸੰਸਾਰ ਤਿਆਗ ਦੇਣਾ, ਗ੍ਰਸਤ ਛੱਡ ਦੇਣਾ, ਤਿਆਗੀ ਬਰਾਗੀ ਹੋ ਕੇ ਜੰਗਲਾਂ ਵੇਲਿਆਂ ਚਲੇ ਜਾਣਾ, ਇਸ ਕਿਸਮ ਦੀ ਪ੍ਰਵਿਰਤੀ। ਸੋ ਇਸ ਦੋਨਾਂ ਨੂੰ ਗੁਰੂ ਬਾਬਾ ਜੀ ਨੇ ਫਿਰ ਦੇਖ ਕੇ ਜਿਹੜਾ ਅਸਲ ਕੰਬੀਨੇਸ਼ਨ ਸੀਗਾ ਉਹ ਸਾਡੇ ਸਾਹਮਣੇ ਲਿਆਂਦਾ, ਕਿਹਾ ਸੰਸਾਰ ਦੇ ਵਿੱਚ ਤਿਆਗਣ ਵਾਲੀ ਚੀਜ਼ ਨੂੰ ਤਿਆਗੋ, ਜਿਹੜਾ ਅਸਲ ਵਿੱਚ ਹੈ ਤਿਆਗਣਾ, ਤਿਆਗਨ ਨੀਕਾ ਕਾਮ ਕ੍ਰੋਧ ਲੋਭ ਮੋਹ ਤਿਆਗਣਾ, ਆਹ ਚੀਜ਼ਾਂ ਤਿਆਗੋ। ਜਿਹੜੀਆਂ ਚੀਜ਼ਾਂ ਤਿਆਗਣ ਵਾਲੀਆਂ ਨੇ ਉਹ ਤਿਆਗੋ, ਜਿਹੜਾ ਹੰਕਾਰ ਆ, ਜਿਹੜੀਆਂ ਵਾਸ਼ਨਾਵਾਂ ਨੇ, ਜਿਹੜਾ ਜਿਹੜੀ ਜੀਵਨ ਦੀ ਐਨਰਜੀ ਨੂੰ ਗਲਤ ਪਾਸੇ ਲੈ ਕੇ ਜਾ ਰਹੀ ਸੋਚ ਆ ਉਹ ਤਿਆਗੋ। ਸੰਸਾਰ ਦੇ ਵਿੱਚ ਰਹਿਣਾ ਜੀਣਾ ਇਹ ਤਾਂ ਬੜਾ ਜ਼ਰੂਰੀ ਹੈ। ਜਿਹੜੀ ਸਪੋਜ਼ ਕਰੋ ਇੱਕ ਮਾਂ ਨੂੰ ਕੁਦਰਤ ਨੇ ਐਬਿਲਿਟੀ ਦਿੱਤੀ ਹੈ, ਇੱਕ ਮਤਲਬ ਉਹਦੀ ਜਿਹੜੀ ਫਰਟੀਲਿਟੀ ਹੈ, ਜਿਹੜਾ ਉਹਦੇ ਅੰਦਰ ਉਹ ਮਤਲਬ ਜੀਵਨ ਦੀ ਰੌਣ ਨੂੰ ਪੈਦਾ ਕਰਨ ਦੀ ਕਸ਼ਮਤਾ ਜਿਹੜੀ ਦਿੱਤੀ ਹੈ, ਕਮਾਲ ਹੈ। ਪਰ ਇਹ ਹੈ, ਬਾਬਾ ਜੀ ਇੱਥੇ ਬਿਆਨ ਕਰਦੇ, ਜਿਨ ਹਰ ਹਿਰਦੈ ਨਾਮ ਨਾ ਬਸਿਓ ਤਿਨ ਮਾਤ ਕੀਚੈ ਹਰ ਬਾਂਝਾ। ਜਿੱਥੋਂ ਜੀਵਨ ਦਾ ਪ੍ਰੋਸੈਸ ਸ਼ੁਰੂ ਹੁੰਦਾ ਆ, ਇੱਕ ਛੋਟਾ ਜਿਹਾ ਟਾਈਨੀ ਐੱਗ ਉਹ ਡਿਵੈਲਪ ਹੁੰਦਾ, ਜਿਹਦੇ ਵਿੱਚ ਸਾਰਾ ਆਉਣ ਵਾਲਾ ਜੀਵਨ ਮੌਜੂਦ ਆ, ਬਸ ਉਸਨੂੰ ਮਦਰ ਨੇਚਰ ਦੇ ਬਣੇ ਹੋਏ ਉਸ ਐਵੋਲੂਸ਼ਨ ਦੇ ਕੋਨਸੈਪਟ ਨਾਲ ਡੀਕੋਡ ਹੀ ਕਰਨਾ ਉਹਨੇ ਅੱਗੇ ਜਾ ਕੇ। ਬਾਬਾ ਜੀ ਕਹਿੰਦੇ ਜੇ ਉਸ ਜੀਵਨ ਦੀ ਉਸਾਰੀ ਹੋ ਕੇ ਉਹਨੇ ਜੀਵਨ ਨੇ ਸੁੱਖ ਸੁਖਾਂਦ ਨੂੰ, ਜੀਵਨ ਦੀਆਂ ਚੰਗੀਆਂ ਸਿੱਖਿਆਵਾਂ ਨੂੰ, ਸਮਝ ਨੂੰ ਨਹੀਂ ਮੰਨਣਾ, ਐਸਾ ਜੀਵਨ ਨਾ ਹੀ ਹੋਏ ਤਾਂ ਚੰਗਾ ਆ, ਕੀ ਫਾਇਦਾ ਉਹਦਾ। ਇੱਥੇ ਮਾਤ ਕੀਜੈ ਹਰ ਬਾਂਝਾ, ਮਾਂ ਦੇ ਬਾਂਝ ਰਹਿਣ ਦੀ ਗੱਲ ਕੀਤੀ ਗਈ, ਕਿਤੇ ਜੀਵਨ ਦੀ ਪੈਦਾਇਸ਼ ਤੇ ਇੱਕਦਮ ਬਾਅਦ ਉਹਦੇ ਮੁੱਕ ਜਾਣ ਦੀ ਗੱਲ ਕੀਤੀ ਬਾਬਾ ਫਰੀਦ ਜੀ ਨੇ। ਅਸੀਂ ਬਚਨ ਪੜ੍ਹਦੇ ਹਾਂ ਕਿ ਮਾਂ ਨੂੰ ਉਹ ਆਪਣੀ ਬਿਆਨ ਕਰਦੇ ਆਪਣੇ ਰੂਪ ਦੇ ਵਿੱਚ, ਕਹਿੰਦੇ ਕਿ ਜਿਹ ਦੇਹ ਨਾਲਾ ਕੱਪਿਆ ਜੇ ਗੱਲ ਕੱਪੈ ਚੁੱਕ। ਮਾਂ ਨੂੰ ਕਿਹਾ ਗਿਆ ਜਿਸ ਦਿਨ ਮੇਰਾ ਜਨਮ ਹੋਇਆ ਅਤੇ ਜਨਮ ਤੋਂ ਬਾਅਦ ਕੀ ਹੋਇਆ, ਜਿਹ ਦੇ ਨਾਲਾ ਕੱਪਿਆ, ਕੱਪਿਆ ਪੰਜਾਬੀ ਦਾ ਸ਼ਬਦ ਹੈ ਕਿਸੇ ਚੀਜ਼ ਨੂੰ ਇੱਕ ਤਰੀਕਾ ਕੱਟ ਦੇਣਾ, ਮਤਲਬ ਇੱਕੋ ਝਟਕੇ 'ਚ ਕੱਟ ਦੇਣਾ ਉਸਨੂੰ। ਉਹ ਕੀ ਸੀਗਾ, ਮਾਂ ਦਾ ਅਤੇ ਬੱਚੇ ਦਾ ਰਿਸ਼ਤਾ ਨਾੜੂਏ ਦਾ ਰਿਸ਼ਤਾ ਹੁੰਦਾ, ਪੈਦਾਇਸ਼ ਹੁੰਦੀ ਹੈ, ਨਾੜੂਏ 'ਤੇ ਕੈਂਚੀ ਚੱਲਦੀ, ਨਾੜੂਆ ਕੱਟਿਆ ਜਾਂਦਾ, ਨਾੜੂਆ ਕੱਟਿਆ ਗਿਆ, ਜਨਮ ਹੋ ਗਿਆ, ਮਤਲਬ ਇਸ ਰੂਪ ਵਿੱਚ ਕਿਹਾ ਜਾਂਦਾ। ਅਤੇ ਕਹਿੰਦੇ ਜਿਹ ਦੇਹ ਨਾਲਾ ਕੱਪਿਆ, ਮਾਂ ਜਿਸ ਦਿਨ ਮੇਰਾ ਨਾੜੂਆ ਕੱਟਿਆ ਗਿਆ ਸੀਗਾ, ਜੇ ਮੈਨੂੰ ਜ਼ਿੰਦਗੀ ਜੀਣ ਦੀ ਜਾਂਚ ਨਹੀਂ ਸੀ ਆਉਣੀ, ਜੇ ਮੈਨੂੰ ਜੀਵਨ ਵਿੱਚ ਮਾਮਲੇ ਹੀ ਹੰਢਾਣੇ ਸੀ, ਜ਼ਿੰਦਗੀ ਬੋਝ ਹੀ ਰਹਿਣੀ ਸੀ ਮੇਰੇ ਵਾਸਤੇ, ਫਿਰ ਇੱਕ ਕੰਮ ਹੋਰ ਕਰ ਦੇਣਾ ਸੀਗਾ, ਜਿਹੜੀ ਕੈਂਚੀ ਮੇਰੇ ਨਾੜੂਏ 'ਤੇ ਚੱਲੀ ਸੀ ਉਹੀ ਕੈਂਚੀ ਮੇਰੇ ਗਲ 'ਤੇ ਚਲਾ ਦੇਣੀ ਸੀ। ਜਿਹ ਦੇਹ ਨਾਲਾ ਕੱਪਿਆ ਜੇ ਗੱਲ ਕੱਪੈ ਚੁੱਕ, ਪਵਨ ਨਾ ਇੱਤੀ ਮਾਮਲੇ ਸਹਾ ਨਾ ਇੱਤੀ ਦੁੱਖ। ਨਾ ਇਹ ਜ਼ਿੰਦਗੀ ਦੇ ਮਾਮਲੇ ਹੁੰਦੇ, ਨਾ ਇੰਨੇ ਦੁੱਖ ਹੁੰਦੇ, ਮੀਨ ਜ਼ਿੰਦਗੀ ਨਾ ਸਮਝੀ ਦੁੱਖ ਦਾ ਅੰਬਾਰ ਆ। ਜ਼ਿੰਦਗੀ ਸਮਝ ਦੇ ਮੁਹਾਜ ਚਲੀ ਜਾਏ, ਬੰਦਾ ਆਪਣੀਆਂ ਅਤੇ ਕੀ ਸਾਰੇ ਆਲੇ ਦੁਆਲੇ ਦੀਆਂ ਮੁਸ਼ਕਲਾਂ ਹੱਲ ਕਰਦਾ ਤੁਰਿਆ ਲਗਾ ਜਾਂਦਾ। ਇਹੀ ਤਾਂ ਸਮਝ ਆ, ਸਮਝ ਕਹਿੰਦੇ ਕਿਹਨੂੰ ਨੇ, ਜਿਹੜੀ ਸਾਰੀਆਂ ਮੁਸ਼ਕਲਾਂ ਦਾ ਹੱਲ ਲੱਭਦੇ। ਬਾਬਾ ਜੀ ਬਿਆਨ ਕਰਦੇ ਜੇ ਜੀਵਨ ਜੀਣ ਦੀ ਢੰਗ ਤਰੀਕਾ ਨਹੀਂ ਆ ਰਿਹਾ ਤਾਂ ਇਹਦਾ ਮਤਲਬ ਇਹ ਹੈ ਤੂੰ ਇਹਦੇ ਮਾਇਨੇ ਗਵਾ ਦਿੱਤੇ ਜੀਵਨ ਦੇ। ਬਚਨ ਆਇਆ ਜਿਨ ਹਰ ਹਿਰਦੈ ਨਾਮ ਨਾ ਬਸਿਓ ਤਿਨ ਮਾਤ ਕਿਚੈ ਹਰ ਬਾਂਝਾ। ਤੈਨੂੰ ਸੁੰਜੀ ਦੇਹ, ਸੁੰਜੀ ਦੇਹ, ਇਹ ਦੇਹ ਸੁੰਜੀ ਕਿਵੇਂ ਹੋ ਗਈ, ਇਸ ਦੇਹ ਦੇ ਵਿੱਚ ਸਮਝ ਰਹੇ, ਅਕਲ ਰਹੇ, ਸਿਆਣਪ ਰਹੇ, ਲਤਾਫਤ ਰਹੇ, ਸ਼ੁਭ ਗੁਣਤਾ ਰਹੇ, ਇਹ ਦੇਹ ਵਸਦੀ ਹੈ। ਅਤੇ ਜੇ ਇਸ ਦੇਹ ਦੇ ਵਿੱਚ ਸਭ ਕੁਝ ਚਲਾ ਜਾਏ, ਨਿਧਾਰਤ ਹੋ ਜਾਏ, ਫਿਰ ਤਾਂ ਬੰਦਾ ਖਾਲੀ ਐਨਵਲੋਪ ਹੀ ਤੁਰਿਆ ਫਿਰਦਾ, ਵਿੱਚ ਉਹਦੇ ਹੈ ਹੀ ਨਹੀਂ ਜੋ ਹੋਣਾ ਚਾਹੀਦਾ। ਤੈਨੂੰ ਸੁੰਜੀ ਦੇਹ ਫਿਰਿਆ ਬਿਨ ਨਾਮ ਹੈ, ਉਹ ਖੱਪ ਖੱਪ ਮੋਏ ਕਰਾਂਝਾ। ਇਹ ਸ਼ਬਦ ਅਸੀਂ ਯੂਜ਼ ਕਰਦੇ ਹਾਂ, ਖੱਪ ਰਿਹਾ ਮੈਂ, ਖੱਪਣਾ ਕੀ ਅਸਲ ਦੇ ਵਿੱਚ, ਖੱਪਣਾ ਹੁੰਦਾ ਕੀ ਹੈ,
ਜਦੋਂ ਕੋਈ ਚੀਜ਼ ਸਮਝ ਨਾ ਆਵੇ, ਜਦੋਂ ਕੋਈ ਚੀਜ਼ ਜੋ ਚਾਹੁੰਦੇ ਉਸ ਤਰੀਕੇ ਨਾਲ ਨਾ ਪ੍ਰਗਟ ਹੋਏ, ਨਾ ਬੰਦਾ ਕਹਿੰਦਾ ਖੱਪ ਰਿਹਾ, ਸਮਝ ਤੋਂ ਵਿਰਵਾ। ਅਤੇ ਮਹਾਰਾਜ ਬਿਆਨ ਕਰਦੇ, ਗੁਰ ਗਿਆਨ ਦਿਓ ਮਨ ਸਮਝਾ। ਇਹ ਗੁਰੂ ਗਿਆਨ ਦੇ ਬਖਸ਼ਦਾ ਤਾਂ ਜਾ ਕੇ ਇਹ ਸਮਝ ਪੈਦਾ ਹੁੰਦੀ। ਅਤੇ ਇਹ ਬੇਸਿਕ ਲੈਵਲ 'ਤੇ ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ ਜਦੋਂ ਹਰੀ ਕਿਰਪਾ ਦੇ ਘਰ 'ਚ ਆਉਂਦਾ ਤਾਂ ਵਾ। ਇੱਥੋਂ ਫਿਰ ਬੰਦਗੀ ਦਾ ਬਿਲਕੁਲ ਰਾਹ ਮਹਾਰਾਜ ਦਰਸਾ ਰਹੇ ਨੇ ਸਾਨੂੰ। ਅਗਲਾ ਬਚਨ ਲੈ ਲਈਏ। ਹਰ ਕੀਰਤ ਕਲਯੁਗ ਪਦੇ ਉੱਤਮ, ਹਰ ਪਾਈਐ ਸਤਿਗੁਰ ਮਾਂਝਾ। ਹਰੀ ਦੀ ਕੀਰਤੀ ਕਲਯੁਗ ਪਦੇ ਉੱਤਮ। ਕਲਯੁਗ ਆਹ ਜਿਹੜਾ ਦੌਰ ਸੀ ਜਿਹ 'ਚੋਂ ਲੰਘ ਰਹੇ, ਇਹਦੇ ਸਭ ਤੋਂ ਉੱਤਮ ਪਦਵੀ ਇਹੀ ਹੈ ਕਿ ਬੰਦਾ ਹਰੀ ਦੀ ਕੀਰਤੀ ਕਰੇ। ਜਿਹੜਾ ਜਪ ਦੀ ਗੱਲ ਕੀਤੀ ਕਿ ਹਰੀ ਦੀ ਕੀਰਤੀ ਹੈ, ਆਪਾਂ ਆਪਣੀਆਂ ਰੂਟਸ ਨੂੰ ਹੌਲੀ ਹੌਲੀ ਛੱਡੀ ਜਾ ਰਹੇ ਹਾਂ। ਲੋਕ ਪਕੜ ਰਹੇ ਨੇ ਹੁਣ, ਮਤਲਬ ਜਿਵੇਂ ਮੈਡੀਟੇਸ਼ਨ ਦੀ ਗੱਲ ਕੀਤੀ ਜਾਏ, ਇਤਨੇ ਵਰਾਇਟੀਫੁੱਲ ਵੇ ਦੇ ਨਾਲ ਵੈਸਟਰਨ ਵਰਲਡ ਦੇ ਅੰਦਰ ਇਸ ਚੀਜ਼ ਨੂੰ ਅਡੋਪਟ ਕੀਤਾ ਜਾ ਰਿਹਾ ਵੀ ਕਮਾਲ ਹੋਈ ਪਈ ਹੈ। ਉਹਨਾਂ ਦੀਆਂ ਤੁਸੀਂ ਲਿਖਾਵਟਾਂ ਪੜ੍ਹ ਲਓ, ਧਾਰਮਿਕ ਲਿਖਾਵਟਾਂ ਪੜ੍ਹ ਲਓ, ਸਭ ਚੀਜ਼ਾਂ ਉਹਦੇ 'ਚ ਬਹੁਤ ਹੀ ਕੁਛ ਹੈ ਨਹੀਂ ਗਾ, ਕਹਾਣੀਆਂ ਨੇ, ਸਟੋਰੀਜ਼ ਨੇ, ਇਹੋ ਜਿਹੀਆਂ ਚੀਜ਼ਾਂ ਹੀ ਨੇ। ਮੈਡੀਟੇਸ਼ਨ ਵਗੈਰਾ ਇਸ ਸਾਰੇ ਦਾ ਕੋਈ ਕੋਨਸੈਪਟ ਨਹੀਂ ਸੀਗਾ। ਇਹ ਬਿਲਕੁਲ ਸਾਡੇ ਵਾਲੇ ਪਾਸੇ ਈਸਟਰਨ ਸਾਈਡ ਤੋਂ ਆਇਆ। ਜਿਵੇਂ ਜਿਵੇਂ ਉਹਨਾਂ ਨੇ ਇਸ ਨੂੰ ਅਡੋਪਟ ਕੀਤਾ ਇਮਾਨਦਾਰੀ ਦੇ ਨਾਲ, ਰਿਜ਼ਲਟਸ ਆਏ। ਉਹਨਾਂ ਕਿਹਾ ਵਾਕਿਆ ਜੀ ਜ਼ਿੰਦਗੀ ਉਸਰਦੀ ਇਹਦੇ ਨਾਲ। ਹਰ ਕੀਰਤ, ਹਰੀ ਦੀ ਕੀਰਤੀ, ਰੱਬੀ ਸਿਫਤ ਸਲਾਹ। ਸਾਡੇ ਘਰ 'ਤੇ ਬਾਣੀ ਦਾ ਸਾਰਾ ਰੰਗ ਬਿਆਨ ਕੀਤਾ ਗਿਆ, ਕਿਹਾ ਬਾਣੀ ਗੁਰੂ ਹੈ, ਬਾਣੀ ਪੜ੍ਹ, ਬਾਣੀ ਸੁਣ, ਬਾਣੀ ਸਮਝ, ਬਾਣੀ ਦਾ ਅਹਿਸਾਸ ਕਰ, ਇਹਦੇ ਨਾਲ ਹੀ ਜੀਵਨ ਬਦਲੇਗਾ। ਹਰੀ ਦੀ ਕੀਰਤੀ ਇਹੀ ਜੀਵਨ ਦੀ ਉਸਾਰੀ ਹੈ। ਆਪਾਂ 400-500 ਸਾਲ ਦੀ ਇੱਕ ਉਮਤ ਹਾਂ, ਕੌਮ ਹਾਂ ਅਸੀਂ, ਕਹਿ ਲਈਏ ਗੁਰੂ ਨਾਨਕ ਸਾਹਿਬ ਜਾਂ ਭਗਤ ਸਾਹਿਬਾਨ, ਬਾਬਾ ਕਬੀਰ ਜੀ, ਭਗਤ ਰਵਿਦਾਸ ਜੀ, ਇਹੋ ਜਿਹੀਆਂ ਇਹਨਾਂ ਸਰੀਕੀਆਂ ਰੂਹਾਂ ਦਾ ਗਿਆਨ ਸਾਡੇ ਘਰ ਆਇਆ ਅਤੇ ਅਸੀਂ ਐਜ਼ ਏ ਉਮਤ ਦੇ ਰੂਪ ਵਿੱਚ ਪੈਦਾਇਸ਼ ਹੋਈ ਸਾਡੀ। ਅਤੇ 400-500 ਸਾਲ ਦਾ ਸਮਾਂ ਕੋਈ ਬਹੁਤ ਵੱਡਾ ਸਮਾਂ ਨਹੀਂ ਹੁੰਦਾ ਕਿਸੇ ਉਮਤ ਵਾਸਤੇ, ਕੌਮ ਵਾਸਤੇ। ਇੰਨੇ ਕੁ ਸਮੇਂ ਦੇ ਵਿੱਚ ਇੱਕ ਮਤਲਬ ਧਰਤੀ ਦੇ ਪਟਲ 'ਤੇ ਬੜੇ ਵੱਡੇ ਡਿਸਿਪਲਨ ਨੂੰ ਜੀਣਾ, ਇਸ ਤਰੀਕੇ ਦੀ ਇੰਸਟੀਟਿਊਸ਼ਨਸ ਨੂੰ ਧਰਤੀ 'ਤੇ ਹੋਂਦ 'ਚ ਲੈ ਆਉਣਾ, ਜਿਸ ਨੂੰ ਅਸੀਂ ਲੰਗਰ ਦੀ ਪਰੰਪਰਾ ਦੇਖ ਰਹੇ ਹਾਂ, ਸੇਵਾ ਦਾ ਕੋਨਸੈਪਟ ਦੇਖ ਰਹੇ ਹਾਂ, ਈਵਨ ਸੈਲਫ ਡਿਸਿਪਲਿਨਰੀ ਮੈਜਰਮੈਂਟਸ ਦੇ ਵਿੱਚ ਅਸੀਂ ਦੇਖੀ ਆਪਣੇ ਆਪੇ ਨੂੰ, ਮਤਲਬ ਉਸ ਰੂਪ ਦੇ ਵਿੱਚ ਕਹਿਣਾ। ਸੋ ਇਹ ਸਾਰੀਆਂ ਚੀਜ਼ਾਂ ਇੱਕ ਬੜੀ ਉਮਦਾ ਤਰੀਕੇ ਦੀ ਪ੍ਰਾਪਤੀ ਹੈ। ਅਤੇ ਇਹਦੇ ਲਈ ਕੀ ਕੀਤਾ ਗਿਆ ਸਾਡੇ ਘਰ, ਇਹ ਤਾਂ ਬੜਾ ਰੀਸੈਂਟਲੀ ਇੱਕ ਟ੍ਰੈਂਡ ਆ ਕਿ ਅਸੀਂ ਇੰਸਟੀਟਿਊਸ਼ਨ ਦੇ ਵਿੱਚ ਬਹੁਤ ਜ਼ਿਆਦਾ ਉਹਨਾਂ ਨੂੰ ਮਤਲਬ ਫੋਰਸਫੁਲੀ ਕਿਸੇ ਨੂੰ ਕਹਿੰਦੇ ਹਾਂ ਵੀ ਤੂੰ ਮਤਲਬ ਧਾਰਮਿਕ ਹੋ ਜਾ ਇਸ ਰੂਪ 'ਚ। ਅਦਰਵਾਈਜ਼ ਸਾਡੇ ਘਰ ਦੇ 'ਤੇ ਪ੍ਰਚਾਰ ਇਹੀ ਹੁੰਦਾ ਸੀ, ਜੀਵਨ ਜੀਣਾ, ਜੀਵਨ ਜੀਂਦੇ ਨੂੰ ਦੇਖ ਕੇ ਦੂਜੇ ਨੇ ਕਹਿਣਾ ਮੈਂ ਐਵੇਂ ਦੇ ਬਣਨਾ, ਬਸ ਆਹ ਤਰੀਕਾ ਸੀਗਾ। ਇਸ ਕਰਕੇ ਸਾਡਾ ਜਿਹੜਾ ਰਿਲੀਜੀਅਸ ਕੋਨਸੈਪਟ ਹੈਗਾ ਉਹ ਮਿਸ਼ਨਰੀ ਕੋਨਸੈਪਟ ਨਹੀਂ ਹੈਗਾ ਵੀ ਬੂਹੇ ਬੂਹੇ ਜਾ ਕੇ, ਦਰਵਾਜ਼ੇ ਦਰਵਾਜ਼ੇ ਜਾ ਕੇ ਲੋਕਾਂ ਨੂੰ ਕਹਿਣਾ ਵੀ ਤੁਹਾਨੂੰ ਆਹ ਮਿਲੇਗਾ, ਆਹ ਮਿਲੇਗਾ, ਇੱਧਰ ਆ ਜਾਓ, ਇੱਧਰ ਆ ਜਾਓ, ਇਹ ਸਿੱਖੀ ਦਾ ਕੋਨਸੈਪਟ ਨਹੀਂ ਸੀਗਾ। ਸਿੱਖੀ ਦੇ ਕੋਨਸੈਪਟ ਵਿੱਚ ਤਾਂ ਮਹਾਰਾਜ ਨੇ ਕਿਹਾ ਅਸੀਂ ਤਾਂ ਨਗਰ ਛੱਡ ਕੇ ਦੂਰ ਚਲੇ ਜਾਣਾ, ਉੱਥੇ ਜੇ ਕਿਸੇ ਨੇ ਆਉਣਾ ਤਾਂ ਆ ਜਾਏ, ਤਲਵੰਡੀ ਛੱਡ ਕੇ ਕਰਤਾਰਪੁਰ ਚਲੇ ਗਏ, ਕਰਤਾਰਪੁਰ ਛੱਡ ਕੇ ਖਡੂਰ ਆ ਗਏ, ਖਡੂਰ ਛੱਡ ਕੇ ਗੋਇੰਦਵਾਲ, ਗੋਇੰਦਵਾਲ ਛੱਡ ਕੇ ਅੰਮ੍ਰਿਤਸਰ। ਦੇਖੋ ਤੁਸੀਂ ਕਿਹਾ ਜਿਹਨੇ ਆਉਣਾ ਆਪਣੇ ਆਪ, ਜਿੱਥੇ ਗੁਣ ਹੋਣਗੇ ਦੀਵਾ ਬਲੇਗਾ, ਆਪਣੇ ਆਪ ਜਿੰਨਾ ਜਿਹੜੇ ਪਰਵਾਨੇ ਨੇ ਉਤਰ ਕੇ ਆਉਣਗੇ ਉੱਥੋਂ ਤੱਕ। ਸੋ ਇਸ ਤਰੀਕੇ ਦੀ ਪ੍ਰਵਿਰਤੀ ਲਿਆਉਂਦੀ ਗਈ। ਪਰ ਇਹ ਸਭ ਪ੍ਰਾਪਤੀ ਕਿਵੇਂ ਹੋਈ? ਹਰ ਕੀਰਤ, ਹਰੀ ਦੀ ਕੀਰਤੀ, ਸਿਫਤ ਸਲਾਹ ਕਰਦੇ ਹਾਂ ਵਾਹਿਗੁਰੂ ਦੀ, ਉਹਦੇ ਗੁਣਗਾਨ ਕਰਦੇ ਹਾਂ, ਕੀਰਤਨ ਵਿੱਚ ਆਪਣੇ ਆਪ ਨੂੰ ਜੋੜਦੇ ਹਾਂ, ਜੀਵਨ ਉਸਰ ਗਿਆ। ਇਹੀ ਮਹਾਰਾਜ ਕਹਿੰਦੇ ਹਰ ਕੀਰਤ ਕਲਯੁਗ ਪਦੇ ਉੱਤਮ,
ਹਰ ਪਾਈਆ ਸਤਿਗੁਰ ਮਾਂਝਾ ਹੋਂ ਬਲਿਹਾਰੀ ਸਤਿਗੁਰੀ ਆਪਣੇ ਜਿਹਨੂੰ ਗੁਪਤ ਨਾਮ ਪ੍ਰਗਾਚਾ ਗੁਪਤ ਨਾਮ ਨਾਮ ਕਹਿੰਦੇ ਗੁਪਤ ਆ ਪਰ ਪ੍ਰਗਟ ਹੋ ਜਾਂਦਾ ਜਿਵੇਂ ਇਹਨੂੰ ਹੋਰ ਸਹੀ ਢੰਗ ਨਾਲ ਦੇਖੀਏ ਆਪਾਂ ਹੁਣ ਸਪਰਿੰਗ ਵਿੱਚ ਆ ਗਏ ਹਾਂ ਆਲਮੋਸਟ ਸਮਰ ਸਾਡੇ ਸਾਹਮਣੇ ਆ ਅਤੇ ਪਿੱਛੇ ਵਿੰਟਰ ਲੰਘੀ ਚਲੋ ਇਸ ਵਾਰੀ ਵਿੰਟਰ ਉਸ ਲੈਵਲ ਦੀ ਨਹੀਂ ਆਈ ਅਦਰਵਾਈਜ਼ ਵਾਈਟ ਵਿੰਟਰ ਹੁੰਦੀ ਸਾਡੇ ਇੱਥੇ ਸਾਰੀ ਅਤੇ ਦੇਖਿਆ ਜਾਏ ਤਾਂ ਜੇ ਕੋਈ ਮੈਂ ਕਈ ਵਾਰ ਬੇਨਤੀ ਕਰਦਾ ਨਵੰਬਰ ਦਸੰਬਰ 'ਚ ਕੈਨੇਡਾ ਨੂੰ ਆਵੇ ਜਾਂ ਜਨਵਰੀ ਦੇ ਵਿੱਚ ਅਤੇ ਆ ਕੇ ਦੇਖੇ ਅਤੇ ਕਹੇ ਉਜਾੜ ਹੀ ਹੈ ਬਸ ਕੁਛ ਵੀ ਨਹੀਂ ਕੋਈ ਇੱਥੇ ਮਤਲਬ ਦਿਸਦਾ ਨਹੀਂ ਗਾ ਸਾਰਾ ਜੰਗਲ ਸੁੱਕੇ ਪਏ ਨੇ ਸਾਰਾ ਬਸ ਇਸ ਰੂਪ ਦੇ ਵਿੱਚ ਆ ਅਤੇ ਉਹੀ ਸ਼ਖਸ ਨੂੰ ਤੁਸੀਂ ਫਿਰ ਦੁਬਾਰਾ ਮਈ ਜੂਨ ਦੇ ਵਿੱਚ ਲਿਆਓ ਇੱਥੇ ਅਤੇ ਉਹ ਕਹੇ ਕਮਾਲ ਹੋ ਗਈ ਆ ਕੀ ਹੋ ਗਿਆ ਔਰ ਸਾਰਾ ਹੀ ਕੋਈ ਮਾੜਾ ਜਿਹਾ ਏਰੀਆ ਦਿਸਦੇ ਨਹੀਂ ਜਿੱਥੇ ਗਰੀਨਰੀ ਨਹੀਂ ਹੈਗੀ ਜਿੱਥੇ ਫੁੱਲ ਫਲ ਬੂਟੇ ਲੱਗਣੇ ਲੱਗੇ ਨਹੀਂ ਨਜ਼ਰ ਆ ਰਹੇ ਕੀ ਹੈ ਵੀ ਸਾਰਾ ਕੁਛ ਸੀਗਾ ਪਰ ਉਦੋਂ ਗੁਪਤ ਸੀਗਾ ਜਦੋਂ ਸੀਜ਼ਨ ਆਇਆ ਪ੍ਰਗਟ ਹੋ ਗਿਆ ਸਾਰਾ ਕੁਛ ਬਸ ਇਹਨੂੰ ਬਿਨੇ ਆ ਕਈ ਵਾਰੀ ਸਾਨੂੰ ਆਪਣੇ ਆਪ ਦੇ ਵਿੱਚ ਬੜੀ ਨਿਰਾਸ਼ਤਾ ਆਉਂਦੀ ਹੈ ਅਸੀਂ ਜੀਵਨ ਦੇ ਕਿਸੇ ਮਰਹਲੇ ਦੇ ਵਿੱਚ ਵੀ ਪਰ ਬਾਬਾ ਜੀ ਕਹਿੰਦੇ ਸਭ ਕੁਝ ਪਿਆ ਗੁਪਤ ਪਿਆ ਪ੍ਰਗਟ ਕਰਨਾ ਬਸ ਇਹਨ ਬਿਨ ਨਾਮ ਦੀ ਤਾਕਤ ਆ ਸਾਡੇ ਅੰਦਰ ਹੀ ਸਮਰੱਥਾ ਪਈ ਵਾਹਿਗੁਰੂ ਨੇ ਜੋ ਬਖਸ਼ੀ ਗੁਣਾਤਮਕ ਪੱਖ 'ਚ ਬਚਨ ਆਇਆ ਉਹ ਵਾਹਿਗੁਰੂ ਤਰਸ ਕਰਦਾ ਅਤੇ ਫਿਰ ਹੁੰਦਾ ਕਿ ਹੋਂ ਬਲਿਹਾਰੀ ਸਤਿਗੁਰੇ ਆਪਣੇ ਜਿਨ ਗੁਪਤ ਨਾਮ ਪ੍ਰਗਾਝਾ ਸਤਿਗੁਰੂ ਉਹ ਇੰਸਟੀਟਿਊਸ਼ਨ ਉਹ ਸ਼ਕਤੀ ਜਿਹੜੀ ਸਾਡੇ 'ਚ ਗੁਪਤ ਸ਼ਕਤੀ ਪਈ ਹੋਈ ਨੂੰ ਉਜਾਗਰ ਕਰ ਦਿੰਦੀ ਹੈ ਅਗਲਾ ਵਾਕ ਆ ਦਰਸ਼ਨ ਸਾਧ ਮਿਲਿਓ ਵਡਭਾਗੀ ਸਭ ਕਿਲਬਿਕ ਗਏ ਗਵਾਂਝਾ ਦਰਸ਼ਨ ਸਾਧ ਸਾਧ ਸੰਗਤ ਵੀ ਕਹਿੰਦੇ ਹਾਂ ਅਸੀਂ ਜਿਵੇਂ ਜਿੱਥੇ ਆਪ ਗੁਰੂ ਹਜ਼ੂਰੀ ਵਿੱਚ ਬੈਠੇ ਹੋ ਕੋਂਗਰੀਗੇਸ਼ਨ ਕਰਨੀ ਕੋਂਗਰੀਗੇਟ ਕਰਨਾ ਇੱਕ ਐਸੀ ਕੰਪਨੀ ਮਿਲਣੀ ਜਿਹਦੇ 'ਚ ਜਿਹੜੀਆਂ ਪੋਸੀਬਿਲਿਟੀਜ਼ ਨੇ ਜੀਵਨ ਦੀਆਂ ਚੰਗੇਰੀਆਂ ਇਹ ਉਜਾਗਰ ਹੋ ਜਾਣ ਉਹਨਾਂ ਦਾ ਦਰਸ਼ਨ ਹੋ ਜਾਏ ਦਰਸ਼ਨ ਸਾਧ ਮਿਲਿਓ ਵਡਭਾਗੀ ਪਰ ਸਭ ਨੂੰ ਮਿਲੇ ਜ਼ਰੂਰੀ ਨਹੀਂ ਵੱਡੇ ਭਾਗਾਂ ਨਾਲ ਮਿਲਦੀ ਚੀਜ਼ ਹੈ ਇਹ ਬਾਬਾ ਜੀ ਵਾਰ ਵਾਰ ਕਹਿੰਦੇ ਵਡਭਾਗੀ ਹਰ ਸੰਗਤ ਪਾਵੈ ਭਾਗਹੀਨ ਪਰਮਚੋਟਾਂ ਖਾਵੈ ਇਹ ਕਰਤਾਰ ਕਿਤੇ ਤਰਸ ਦੇ ਘਰ ਵਿੱਚ ਆਵੇ ਤਾਂ ਇਹ ਚੀਜ਼ ਹੋਏ ਸਾਡੇ ਅੰਦਰ ਦਰਸ਼ਨ ਸਾਧ ਮਿਲਿਓ ਵਡਭਾਗੀ ਸਭ ਕਿਲਵਿਖ ਗਏ ਗਵਾਚਾ ਕਿਲਵਿਖ ਵੈਸੇ ਪਾਪਾਂ ਨੂੰ ਕਿਹਾ ਜਾਂਦਾ ਪਰ ਜਦੋਂ ਡਿਟੇਲ 'ਚ ਪੜ੍ਹੀਏ ਸ਼ਬਦ ਕੋਸ਼ ਤਾਂ ਕਿਲਵਿਖ ਪਾਪਾਂ ਦਾ ਬੀਜ ਜਿਹੜੇ ਸੀਡਸ ਨੇ ਹੁਣ ਸਪੋਜ਼ ਕਰੋ ਇੱਕ ਬੂਟਾ ਪੈਦਾ ਹੋਣਾ ਸੀ ਉਹਨੂੰ ਮਾੜੀਆਂ ਮਾੜੇ ਫਲ ਲੱਗਣੇ ਸੀ ਕੰਡੇ ਲੱਗਣੇ ਸੀ ਸਭ ਕੁਝ ਤਬਾਹੀ ਹੋਣੀ ਸੀ ਬਰਬਾਦੀ ਹੋਣੀ ਸੀ ਜੇ ਉਹਦਾ ਸੀਡ ਹੀ ਨਾਸ ਹੋ ਜਾਏ ਮਤਲਬ ਸਾਰਾ ਆਉਣ ਵਾਲਾ ਸਾਰਾ ਮਾੜਾ ਪਨਾਪੀ ਖਤਮ ਹੋ ਗਿਆ ਕਿਲਬਿਖ ਗਏ ਗਵਾਜਾ ਪਾਪਾਂ ਦੇ ਬੀਜ ਹੀ ਖਤਮ ਹੋ ਗਏ ਅਗਲਾ ਬਚਨ ਲਿਖਿਆ ਸਤਿਗੁਰ ਸ਼ਾਹ ਪਾਇਆ ਵਡਦਾਣਾ ਹਰ ਕੀਏ ਬਹੁ ਗੁਣ ਸਾਂਝਾ ਬਹੁਤ ਜਿਹੜਾ ਅਸਲ ਸ਼ਾਹ ਅਸੀਂ ਕਹਿੰਦੇ ਸ਼ਾਹਾਂ ਨਾਲ ਸਾਂਝ ਪੈਣੀ ਬੈਂਕ ਕਹਿ ਲਓ ਬੈਂਕਰ ਜਿਹੜੇ ਹੁੰਦੇ ਨੇ ਸਭ ਤੋਂ ਵਧੀਆ ਬੈਂਕਰ ਕੌਣ ਹੋਏਗਾ ਜਿਹੜਾ ਬੈਂਕਰ ਮੈਨੂੰ ਯੂਜ਼ ਕਰੇ ਮੈਨੂੰ ਮਤਲਬ ਹੌਲੀ ਹੌਲੀ ਕਰਕੇ ਮੇਰੀ ਸਾਰੀ ਵੈਲਥ ਮੇਰਾ ਸਭ ਕੁਝ ਉਹ ਖਤਮ ਕਰ ਦੇ ਉਹ ਬੈਂਕਰ ਨਹੀਂ ਵਧੀਆ ਬੈਂਕਰ ਨਹੀਂ ਹੈਗਾ ਵਧੀਆ ਬੈਂਕਰ ਕੌਣ ਹੈ ਵਧੀਆ ਬੈਂਕਰ ਉਹ ਹੈ ਜਿਹੜਾ ਮੈਨੂੰ ਹੈਲਪ ਕਰਕੇ ਆਪਣਾ ਪਾਰਟਨਰ ਬਣਾ ਲਏ ਜਿੱਡਾ ਆਪ ਵੈਲਥੀ ਹੈ ਉਤਨਾ ਹੀ ਮੈਨੂੰ ਵੈਲਥੀ ਬਣਾ ਦੇ ਇਹ ਰੂਪ ਹੋ ਜਾਏ ਇੱਥੇ ਕਿਹਾ ਗਿਆ ਜਿਹੜਾ ਇਹ ਨਾਮ ਦਾ ਤਸੱਵਰ ਆ ਇਹ ਸ਼ਾਹ ਤਸੱਵਰ ਆ ਉਹ ਤਸੱਵਰ ਜਿਹੜਾ ਕੀ ਏ ਬਹੁਗੁਣ ਸਾਂਝਾ ਇਸ ਨਾਮ ਦੇ ਜ਼ਰੀਏ ਅਸੀਂ ਉਸ ਰੱਬੀ ਤਸੱਵਰ ਦੇ ਗੁਣਾਂ ਦੇ ਮਾਲਕ ਬਣ ਜਾਵਾਂਗੇ ਜਿੰਨਾ ਗੁਣੀ ਨਿਧਾਨ ਗੁਣਾਂ ਦਾ ਮਾਲਕ ਹੈ ਉਤਨੇ ਗੁਣ ਸਾਡੇ ਅੰਦਰ ਆ ਜਾਣਗੇ ਅੰਤਲੀਆਂ ਲਾਈਨਾਂ ਨੇ ਜਿਨ ਕੋ ਕਿਰਪਾ ਕਰੀ ਜਗ ਜੀਵਨ ਹਰ ਉਰਤਾਰਿਓ ਮਨ ਮਾਂਝਾ ਜਿਨ੍ਹਾਂ ਦੇ ਉੱਤੇ ਤਰਸ ਦੇ ਕਰ ਕਰਨ ਵਾਲਾ ਕਿਰਪਾ ਕਰਨ ਵਾਲਾ ਵਾਹਿਗੁਰੂ ਤਰਸ ਕਰਦਾ ਉਹਨਾਂ ਦੇ ਉਰ ਦੇ ਵਿੱਚ ਇਹ ਬਾਤ ਪੱਕੀ ਡਾਢੀ ਵਸ ਜਾਂਦੀ ਮਨ ਮਾਂਝਾ ਧਰਮ ਰਾਏ ਦਰ ਕਾਗਦ ਫਾਰੇ ਜ ਨਾਨਕ ਲੇਖਾ ਸਮਝਾ ਸਾਰਾ ਧਰਮ ਦਾ ਤਸੱਵਰ ਡਰਾ ਕੇ ਕੀਤਾ ਜਾਂਦਾ
ਵੀ ਡਰ ਹੈ ਧਰਮ ਰਾਜ ਆਏਗਾ, ਮੌਤ ਆਏਗੀ, ਆ ਆਏਗਾ। ਬਾਬਾ ਜੀ ਕਹਿੰਦੇ ਜਦੋਂ ਆਹ ਜੀਵਨ ਹੈ ਆਪਣੇ ਜੀ ਲਈ ਹੈ ਨਾ, ਅਤੇ ਧਰਮ ਰਾਜ ਦਰ ਕਾਗਜ਼ ਫਾਰੇ, ਉਹ ਕਾਗਜ਼ ਹੀ ਪਾਟ ਗਿਆ, ਉਹ ਹੈ ਹੀ ਨਹੀਂ, ਹੁਣ ਡਰ ਵਾਲਾ ਤਸੱਵਰ ਹੀ ਖਤਮ ਹੋ ਗਿਆ। ਇੱਥੇ ਬਿਲਕੁਲ ਧਰਮ ਦੀ ਇੱਕ ਨਵੀਂ ਆਭਾ ਮਹਾਰਾਜ ਨੇ ਪ੍ਰਗਟ ਕੀਤੀ ਅਤੇ ਕਿਹਾ ਜੇ ਨਾਨਕ ਲੇਖਾ ਸਮਝਾ, ਲੇਖੇ ਜੋਖੇ ਹੋ। ਉਹਦਾ ਕਹਿੰਦਾ ਕੋਈ ਨਾ, ਰੱਬ ਲੇਖੇ ਮੰਗੇਗਾ ਇੱਕ ਦਿਨ। ਬਾਬਾ ਜੀ ਕਹਿੰਦੇ ਲੋੜ ਹੀ ਨਹੀਂ ਰਹਿ ਗਈ ਵਹੀ ਖਾਤੇ ਦੀ ਕਿਸੇ ਚੀਜ਼ ਦੀ। ਜੀਵਨ ਇੰਨਾ ਸਾਫ਼ ਸਪੱਸ਼ਟ ਅਤੇ ਸਾਫ਼ ਗੋਈ ਨਾਲ ਹੋ ਗਿਆ, ਕਿਸੇ ਕੋਲੋਂ ਵੀ ਜਾ ਕੇ ਪੁੱਛਣ ਦੀ ਲੋੜ ਨਹੀਂ ਪਏਗੀ ਮੇਰੀ ਮੁਕਤੀ ਹੋਏਗੀ ਕਿ ਨਹੀਂ ਹੋਏਗੀ। ਮੇਰੇ ਨਾਲ ਬਾਬਾ ਜੀ ਕਹਿੰਦੇ ਤੈਨੂੰ ਬਿਲਕੁਲ ਉਸ ਚੌਖੜ 'ਤੇ ਜਾ ਖੜਾ ਕਰ ਦੇਣਾ ਜਿੱਥੇ ਮੁਕਤੀ ਤੁਰਦਾ ਫਿਰਦਾ ਹੀ ਮੁਕਤਿਆ, ਜਿਉਂਦਾ ਹੀ ਮੁਕਤਿਆ। ਕਿਆ ਆਲਮੀ ਸੰਦੇਸ਼ ਹੈ ਵੈਸੇ, ਕਾਸ਼ ਕਿਤੇ ਸੁਰਤ ਪਕੜ ਜਾਏ। ਬਸ ਇੰਨੀ ਕੀ ਹੈ ਮੁਸ਼ਕਲ ਵੀ ਉਹ ਕਿਤੇ ਉਹਦੇ 'ਚ ਆ ਜਾਏ ਇਸ ਰੂਪ ਦੇ ਵਿੱਚ। ਇੰਨੀਆਂ ਕੁ ਬੇਨਤੀਆਂ ਨਾਲ ਖਿਮਾ ਭੁੱਲਾਂ ਗਲਤੀਆਂ ਨਾਲ ਚਿਤਾਰਿਓ। ਭਾਈ ਸਾਹਿਬ ਸਮਾਪਤੀ ਕਰਾਉਂਦੇ ਨੇ, ਮੈਨੂੰ ਇਜਾਜ਼ਤ ਦੇਣੀ, ਕਹਿ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।